ਉਹ ਅਸੀਂ ਗੁਰਸਿੱਖ ਪਰਿਵਾਰ ਇਹ ਜਿਹੇ ਨਸ਼ੇੜੀ ਨਾਲ ਰਸਤਾ ਜੋੜਾਂਗੇ ਅਸੀਂ ਪੁੱਤ ਮੈਂ ਨਸ਼ਾ ਆਪ ਹੀ ਛਡਾਊਂਗਾ ਠੀਕ ਹੈ ਨਾ ਪੁੱਤ ਦੇ ਕੁੱਤੇ ਦੀ ਪੂਛ ਵੀ ਸਿੱਧੀ ਹੋਈ ਆ ਨਸ਼ਾ ਛੱਡੂ ਇਹ ਉਹ ਪੁੱਤ ਮੈਂ ਤੇਰੇ ਪੈਰੀ ਹੱਥ ਲਾਉਣਾ ਉਹ ਨਾ ਨਾ ਤੇਰੇ ਪੈਰੀ ਹੱਥਾਂ ਦੀ ਲੋੜ ਨਹੀਂ ਮਾਪ ਦੀ ਜ਼ਿੰਦਗੀ ਥੋੜਾ ਬਰਬਾਦ ਕਰ ਦੇ ਮੇਰੀ ਧੀ ਦੀ ਜ਼ਿੰਦਗੀ ਬਰਬਾਦ ਹੋ ਜੂ ਪੁੱਤ ਐ ਨਾ ਕਰ ਤੂੰ ਓਏ ਆਪਦੀ ਧੀ ਵਾਸਤੇ ਹੁਣ ਕੋਈ ਹੋਰੇ ਲੱਗੇ ਉਹ ਨਾ ਪੁੱਤ ਮੈਂ ਤੇਰੇ ਪੈਰੀ ਹੱਥ ਲਾਉਣਾ ਓਏ ਤੂੰ ਪਰਾ ਮਾਰਾ ਪੁੱਤ ਸਾਰੇ ਤੇਰੇ ਚੱਲ ਅੱਜ ਘਰੇ ਤੂੰ ਦੱਸ ਦਿਆਂ ਬਾਪੂ ਨੂੰ ਤੇਰੇ ਕਰਤੂਤਾਂ ਉਹ ਜੱਗੇ ਦੇ ਮਗਰ ਲੱਗ ਕੇ ਨਾ ਜਣੇ ਖੜੇ ਨਾਲ ਲੜਾਈ ਪਾ ਕੇ ਬੈਠ ਜਾਂਦਾ ਦੱਸ ਨਹੀਂ ਤੇਰੀ ਸ਼ਿਕਾਰ ਵੀ ਬੇਬੇ ਨੂੰ ਮੈਂ ਲਾਉਂਗਾ ਬਾਲਾ ਬੋਲਣ ਲੱਗੀ ਤੂੰ ਵੀ ਬੋਲਣ ਲੱਗ ਗਈ ਅੱਛਾ ਪਰ ਦੱਸਾਂ ਨਾ ਮੇਰੀ ਗੱਲ ਸੁਣੋ ਜੇ ਕੱਲ ਨੂੰ ਕੋਈ ਉਨੀ ਕੀ ਗੱਲ ਹੋ ਗਈ ਫਿਰ ਕੌਣ ਜ਼ਿੰਮੇਵਾਰ ਹੈ ਉਹ ਕੁਝ ਨਹੀਂ ਹੁੰਦਾ ਯਾਰ ਦੋਸਤ ਨੇ ਮੇਰੇ ਹਾਂ ਤੂੰ ਵੀ ਜ਼ਿਆਦਾ ਲੱਗੀ ਥੋੜਾ ਜਿਹਾ ਬੋਲਣਾ ਕੋਈ ਨਹੀਂ ਦੱਸੂ ਜਾ ਕੇ ਬਾਪੂ ਨੂੰ ਤੇਰੇ ਚਲਾਉ ਛਿੱਤਰ ਚੱਲ ਚੱਲ ਚੱਲਦੇ ਆਂ ਕੀ ਕਰਦਾ ਆਏਗਾ ਤੂੰ ਦੇਖਦਾ ਕੀ ਕਹਿੰਦਾ ਬਾਪੂ ਦੇਖਦਾ ਸੀ ਕਿਵੇਂ ਬੋਲਦਾ ਮੈਨੂੰ ਪੜਦਾ ਨਹੀਂ ਕਰਦਾ ਨਹੀਂ ਹੈਗਾ ਸਾਰਾ ਦਿਨ ਫਿਰੀ ਜਾਂਦਾ ਉਹਦੇ ਪਿੱਛੇ ਲੱਗ ਕੇ ਮੱਖਾਂ ਦੇ ਆਉਣ ਦਾ ਟਾਈਮ ਹੋ ਗਿਆ ਗੈਸ ਵੀ ਮੁੱਕ ਗਿਆ ਚੁੱਲ੍ਹੇ ਤੇ ਹੀ ਕਰਨੀ ਪਊਗੀ ਹੁਣ ਜਾ ਸੈਂਟੀ ਹੋਰੀ ਵੀ ਆਉਣ ਵਾਲੇ ਨੇ ਹੁਣ ਕਾਹਨੂੰ ਮਾਰਦੇ ਆ ਫੂਕਾਂ ਉਹਦਾ ਚਾਹ ਧਰਨੀ ਹੈ ਤਾਂ ਵੀ ਗੈਸ ਤੇ ਤੱਤਾ ਪਾਣੀ ਕਰਨਾ ਤਾਂ ਵੀ ਗੈਸ ਤੇ ਰੋਟੀ ਪਕਾਉਣੀ ਤਾਂ ਵੀ ਗੈਸ ਤੇ ਆ ਹੁਣ ਦੇਖ ਲੈ ਇੰਨਾ ਮਹਿੰਗਾ ਕਰਤਾ 1175 ਰੁਪਏ ਦਾ ਕਰਤਾ ਸਿਲੰਡਰ ਫਿਰ ਕੀ ਹੋ ਗਿਆ ਹੁਣ ਚਾਹ ਪਾਣੀ ਤਾਂ ਕਰਨਾ ਹੀ ਹੈ ਤੈਨੂੰ ਕਿਹਾ ਸੀ ਘੱਟ ਮਜਾਇਆ ਕਰ ਗੈਸ ਘੱਟ ਮਜਾਇਆ ਕਰ ਗੈਸ ਹੁਣ ਜੋ ਆਪਾਂ ਚਾਹ ਪਾਣੀ ਕਰਾਂਗੇ ਹੋਰ ਕੀ ਕਰਾਂਗੇ ਲੜੇ ਆਈ ਨਹੀਂ ਅੱਜ ਜਵਾਕ ਸਕੂਲੋਂ ਆਉਂਦੇ ਹੀ ਹੋਣੇ ਚਾਹ ਤਾਂ ਹੋਈ ਆ ਚੱਲ ਚਾਹ ਧਰ ਲੈ ਮੈਂ ਡੰਗਰਾਂ ਨੂੰ ਰਲਾ ਲਾ ਥੋੜੀ ਰਲਾ ਦੇ कोई ना पुत तेनू नवा बैग भी कोई ना सारे एदा बैग तो इना सोहना पेगा मेनू भी लै दे कोई ना लै दांगे कोई ना बापू यार तूं सारी लग जा करा सारा दिन फोन ते मड़िया रहना कि बाहर भी निकल जा घर तों ਉਹ ਯਾਰ ਹੁਣੀ ਤਾਂ ਲੱਗਿਆ ਸੀਗਾ ਲੜਿਆ ਫੋਨ ਦੇ ਕੁੜੀ ਨੇ ਗੱਲ ਕਰਨੀ ਆ ਸੌਰੀ ਉਹ ਖੜ ਜਾ ਯਾਰ ਉਹ ਤੂੰ ਫੜਾ ਦੇ ਨੂੰ ਲੈ ਸੀ ਇਹ ਗੱਲ ਕਰ ਲੈ ਜਾ ਕੇ ਨਾ ਫੋਨ ਆ ਜੀ ਧੜਕ ਦੇ ਫੋਨ ਆਈ ਜਾਂਦੇ ਨੇ ਮੈਨੂੰ ਹੋਰ ਯਾਰ 2 ਮਿੰਟ ਫੋਨ ਵੀ ਨਹੀਂ ਦੇਖਣ ਦੇ ਕੋਈ ਨਾ ਉਹ ਸਾਰਾ ਦਿਨ ਦੇਖ ਨਹੀਂ ਰਹਿਣਾ ਚਾਹ ਲੈ ਗਿਆ ਬੇਬੇ ਆ ਮੈਨੂੰ ਵੀ ਲੈ ਜੀ ਕੁੱਟ ਦੇ ਚਾਹ ਹਾਂ ਮੈਂ ਤਾਂ ਠੀਕ ਹਾਂ ਤੁਸੀਂ ਦੱਸੋ ਤੁਸੀਂ ਠੀਕ ਹੋ ਹਾਂ ਹੁਣੀ ਆਈ ਸੀ ਸਕੂਲੋਂ ਨਾ ਵਧੀਆ ਚੱਲਦੀ ਆ ਪੜ੍ਹਾਈ ਤਾਂ ਲੈ ਲਿਆ ਬੇਬੇ ਜਾ ਫਿਰ ਲਿਆ ਦੇ ਨੂੰ ਬੇਲੜ ਨੂੰ ਚਾਹ ਕੰਮ ਨਹੀਂ ਧੰਦਾ ਨਹੀਂ ਕਰਦਾ ਸਾਰਾ ਦਿਨ ਵਿਹਲਾ ਬੈਠਾ ਰੂ ਘਰੇ ਉਹ ਆਪ ਪੜੇ ਚਾਹ ਪੀ ਲੈ ਕਿਉਂ ਬੋਲੀ ਆ ਨਾ ਹੁਣ ਸਾਰੀ ਦਿਹਾੜੀ ਉਹ ਆਰੋ ਤੋਂ ਪਾਣੀ ਲਿਆਉਣ ਵਾਲਾ ਪਿਆ ਮੈਂ ਕ੍ਰਿਸ਼ਨੀ ਚੱਕੀ ਤੋਂ ਆਟਾ ਚੱਕ ਲਿਆ ਲਿਆਉਂਗਾ ਯਾਰ ਫਿਰ ਦਊਂ ਹੀ ਨਾ ਬੋਲਿਆ ਚੱਲ ਚੱਕ ਲੈ ਉਹ ਆਪੇ ਮੈਂ ਬੋਲੀ ਆ ਨਾ ਤੁਸ ਤਾਂ ਬੋਲਦਾ ਕਿਉਂ ਨਾ ਕੰਮ ਨਹੀਂ ਧੰਦਾ ਨਹੀਂ ਕਰਦਾ ਇਹ ਚੱਲ ਕੋਈ ਨਾ ਕਰ ਲੂਗਾ ਤੁਸੀਂ ਤਾਂ ਸਾਰੀ ਦਿਹਾੜੀ ਮੰਗਰ ਪਏ ਰਹਿੰਦੇ ਹਾਂ ਸੱਚ ਕੁੜੀ ਦਾ ਸਹੁਰਾ ਤੋਂ ਫੋਨ ਆਇਆ ਸੀ ਕੀ ਕਹਿੰਦੇ ਉਹ ਉਹਦਾ ਰਿਸ਼ਤੇ ਵਾਲੇ ਕਹਿੰਦੇ ਤੇ ਚੱਲਣ ਆਪਣੀ ਕੁੜੀ ਜਿੱਦ ਕੀ 12ਵੀਂ ਪਾਸ ਹੋ ਜੂਗੀ ਉਦੋਂ ਬਾਅਦ ਆਪਾਂ ਰਿਸ਼ਤਾ ਕਰਦਾ ਇਹਦਾ ਬਹੁਤ ਵਧੀਆ ਕੰਮ ਕੀਤਾ ਤਾਂ ਚਾਚੀ ਨੇ ਬਹੁਤ ਵਧੀਆ ਬੰਦੇ ਟਕਰਾਏ ਨੇ ਆਪਾਂ ਨੂੰ ਉਹਨੇ ਵਧੀਆ ਹੈ ਚੰਗਾ ਦਾ ਘਰ ਬਾਰ ਮਿਲ ਗਿਆ ਚੰਗਾ ਰਿਸ਼ਤਾ ਮਿਲ ਗਿਆ ਦੂਜੀ ਰਿਸ਼ਤਾ ਨਹੀਂ ਮਿਲਦਾ ਆਪਾਂ ਨੂੰ ਹੋਰ ਤਾਂ ਕੋਈ ਨਾ ਦੇਖ ਲਓ ਤੇ ਇੱਕ ਦੋ ਸਕੈਤਾਂ ਆ ਗਈਆਂ ਨਾਲੇ ਮੈਨੂੰ ਚਲ ਉਹੀ ਨਾ ਮਾਂਗਰ ਪਏ ਰਹਾ ਕੋ ਮੁੰਡੇ ਦੇ ਚਲ ਸੈਂਟੀ ਵਰਦੀ ਬਦਲ ਲੈ ਪੁੱਤ ਤੋਂ ਤਾਂ ਹੀ ਬੋਲੀ ਜਾਊਗਾ ਇਹ ਪੜਦਾ ਨਹੀਂ ਹੈਗਾ ਨਾਲੇ ਇੰਨੇ ਲੰਬੇ ਆ ਗਏ ਇਹਦੇ ਪੜ ਲੂਗਾ ਕੋਈ ਨਾ ਕਰਦਿਆਂ ਗੱਲ ਜਿਹਦੇ ਨਾਲ ਦਿਮਾਗ ਖਰਾਬ ਹੋ ਰਿਹਾ ਇਹਨਾਂ ਦੇ ਜਵਾਕ ਜੀ ਦਾ
ਆਪ ਚਾਚਾ ਹੋਰ ਠੀਕ ਹੈ ਹਾਂ ਠੀਕ ਹੈ ਵੀਰੇ ਕਿਵੇਂ ਆਉਣਾ ਹੋਇਆ ਆਏ ਕਿਵੇਂ ਯਾਰਾ ਤੁਹਾਡੇ ਜਵਾਕ ਜਿਹਨੇ ਤੰਗ ਕਰਕੇ ਤੇ ਕੀ ਹੋ ਗਿਆ ਚਾਚਾ ਉਹ ਜੱਗੇ ਜੁੱਗੇ ਦੇ ਨਾਲ ਰਲ ਕੇ ਸਿਰ ਪੜਦਾ ਮੇਰੇ ਪੋਤੇ ਦਾ ਅੱਛਾ ਇਹਦਾ ਦਿਮਾਗ ਠੀਕ ਕਰਨਾ ਪਊ ਨਹੀਂ ਅਸੀਂ ਆਪਦੇ ਹਿਸਾਬ ਨਾਲ ਕਰਾਂਗੇ ਨਹੀਂ ਸਮਝਾ ਦੂੰ ਚੱਲ ਚਾਚਾ ਤੂੰ ਗੁੱਸਾ ਨਾ ਕਰ ਕੋਈ ਗੱਲ ਨਹੀਂ ਮੈਂ ਸਮਝਾਉਣਾ ਉਹਨੂੰ ਮੈਂ ਕਰ ਦਿੰਦਾ ਗੱਲ ਉਹ ਯਾਰ ਬਹੁਤ ਵਾਰੀ ਹੋ ਗਿਆ ਇੱਕ ਅੱਧੀ ਵਾਰ ਹੁੰਦਾ ਹੈ ਤਾਂ ਅਸੀਂ ਕਰਾਂਗੇ ਫਿਰ ਆਪਦੇ ਹਿਸਾਬ ਨਾਲ ਜੇ ਤੁਸੀਂ ਸੋਤੋ ਸਮਝਦਾ ਸਮਝਦਾ ਸਾਂਭ ਲਓ ਨਹੀਂ ਫਿਰ ਇੰਤਜ਼ਾਮ ਸਾਨੂੰ ਕਰਨਾ ਹੁੰਦਾ ਅੱਗੇ ਪੜ੍ਹਾ ਦੋਗੇ ਨਾ ਮੈਨੂੰ चाचा आया तू लांबा देके गया पता नहीं कहां तो कदा लांबा देके गया पता नहीं सेंटी नूं कहंदा ती कुछ मम्मी चाचा सच बोलदा हैगा की सच बोलदा तू भी ओदे गल्लां च आ गई ओ नहीं मम्मी अज स्कूल च लड़ाई करनी सीगी ओ जग्गे पिछे लग के ने केड़ा जग्गा एदा दोस्त जेड़ा तू रहण दे तू तेरे बापू दे कन्न तू ना भरदी हुण पहली ओह भखया पयागा रहण दे कर तू तू भरदी बदल लै ओने बदल ली मैं धोनी है कपड़े तू भी मैनू ही बोलन लग जा ओनू ना कुछ कही चल कोई ना मैं आपे कर लूं शायद दादा गल तू कर ला काम आपदा अंदर बदनाम करने आपदे कपड़े भी नहीं सांभदा हैगा जमी भी फिर की लोड़ा आ गया जे तू सांभ लेंगी वीर है तेरा मेरे भी कुछ सांभदा करो दोस्त खांदा हुंदा जग्गा ओह तो लैना खांदा इह हुण तू भी आ गई जग्गा जग्गा करन वास्ते पहला तड़के ओह बुढ़ा आके गया गा चाचा तू भी कहंदी ओह खांदा है कानू खांदा ओह इहदा ऊं होणा कुछ मैं पूछ लू आपी सेंटी नू कोई नी मैं बापू नू दसूंगी आण दे बापू नू तू बाली ओह ना करया कर बापू नू दसू सारी दिहाड़ी बापू नू दसू रहण दे कर बापू नू दसू मम्मी बाली साइड ना लिया कर तू ओदी कोई ना मैं सिर ते चढ़ा रखे ओनू तू कानू चढ़े होए तू कर ला काम तंदरा मैंने ही बोली आया कर तू दसू ए बापू नू दसण वाली आ गई छेती लै खसम नू 20 मिनट हो गए डीक दे नू हजे तक नहीं आया ओ तां फोन करीगा छेती आ जा कदे नहीं टाइम ते आया ए आ गया भाई कौन थी की लेना तो यार यार मैनू बंदा उपर आया लगे वधिया लगया ओ वधिया अपना काम साथ ना टाइम इधर चल नड़े ओ इधर की है ओ काम इधर भी ओ पतंदरा घर ता इधर है गया अपना कोई ना करे भाग जांगे किधर लेके जाएगा तू चलते हैं अपन इधर मैं तड़की दा लेई फिरदा बापू रोटी रोटी भी नहीं खा गया मैं ओ कोई ना रोटी भी खवा दांगे ओ कूलिप नहीं लवाई सच तेनू यार ओ कूलिप नु छड परा यार तेनू मैं होर नशा कराऊंगा एक ओए होर रहण दे मैं नहीं नशे नशा चक्कर चल कूलिप नाल सरी जांदा ठीक आ जे तू लवा नहीं नहीं कूलिप दा तेरा घरे भी पता लग जांदा हैगा इहदा शाही नशा हैगा वधिया बाहर बैठ के गलाउण वाला है ਸਾਹੀ ਨਸ਼ਾ ਹਾਂ ਹਾਂ ਲਾ ਉਰੇ ਰੋਕ ਮੜਿਆ ਰੋਕ ਰੋਕ ਤਾਂ ਉਹ ਕੀ ਆ ਉਰੇ ਹੁਣ ਰੋਕ 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 ਆ
मैं तेन दिना समान तू अंदर आ अंदर तो मैं उरे आया ना गया कदे ओ तू जा तो अंदर आ फड़ा मुठना कर बंदा की आ भाई ये ओ समान है तू अंदर आ चुप करके तेरे नाल दे बैठनो मिला दी मैं मुंह नहीं जानता किसी नाले मैं नहीं जानता ओ तू एक बार अंदर तो भाग जा मन्ने का स्टैंड दे ला मुसला उतर तू किथे है नाले मैं सप्ला समान दे के आना यार हुन तेरे वर्गे भाई और भी डिगदे ने ओ भाई यार ओखा लगा मन्ने का तू जा ता तू तो मरी ना जा जा ठीक है हां मैनु फोन कर दी ਜਿੱਦਣ ਬਿਗਾੜਿਆ ਨਾ ਉਹੀ ਵਿਗਾੜੂਗਾ ਮਾਨੂੰ ਬਿਗਾੜਦਾ ਆ ਲੈ ਆ ਗਿਆ ਆ ਗਿਆ ਮੇਰਾ ਪੁੱਤ ਸੈਂਟੀ ਪੁੱਤ ਸਿੱਧਾ ਹੋ ਕੇ ਪੈ ਬੱਚੇ ਕਿੱਥੋਂ ਆਇਆ ਅੱਛਾ ਮੰਮੀ ਲੜ ਜਾ ਇੱਥੇ ਪੈ ਮੈਨੂੰ ਆ ਗਿਆ ਪੁੱਤ निचली बह जा कर 10 मिनट नी खड़ती है टिके बैठने दी जवाक नू पैन नहीं दिंदी पैन नहीं दिंदी है देख तो सही पाके गोदी च दे दे लोरियां नू दे तू लोरियां मेरा पुत्त है मांगर पै रहे ने मेरे जवाक भी मांगर पै रहे ने
ਪਿਓ ਆਉਂਦਾ ਪਿਓ ਝੜਕ ਕੇ ਦੁਰ ਜਾਂਦਾ ਕਿੰਨੀ ਕਿਸੇ ਚਿੱਟੀ ਮੈਨੂੰ ਦੱਸ ਦੇ ਉਹ ਚੀਜ਼ ਵੇ ਖਾ ਗਿਆ ਵੇ कोठी आया कोठी है मैं आया कोठी आया तू ठीक आया कोठी आया हाँ देना देना को गल जिन्ना मर्जी तू मुंडे तैयार कर नशा वादू ठीक है ठीक ठीक वादू वादू अपनी जेब च पैसा है ना कोई घरे भी मैं बापू तो लिया घरे कोई नहीं अज तो मैं कर लेना कल दुआ मैं आपे कर लो मैं कहना ढोली लै चल यार मार बोली हजार पंद्रह बोली समान बोली आऊंगे अपना अज वधिया शुरू अपना होर मैं रोटो बोल मार ओ गल्ला आई बाई के पच गई आ गया की हो गया कणक मार गोली
ਢੋਲੀ ਰਹਿਣ ਦੋ ਯਾਰ, ਪਤਾ ਲੱਗ ਜੂਗਾ। ਪਤਾ ਲੱਗਦਾ ਬਾਹਰ ਦੀ ਬਾਹਰ ਟੱਪਾ ਬਾਪੂ ਨੂੰ ਕਹਿ ਦੀ ਵੀ ਗੁਆਂਢੀ ਲੈ ਗਏ ਭਰਾਉਣ ਵਾਸਤੇ। ਚੱਕੂ ਚੱਕੂ ਆ ਬਾਰ ਖੁੱਲ੍ਹਾ ਹੀ ਪਿਆ, ਮੈਨੂੰ ਲੱਗਦਾ ਤਾਂ ਨਹੀਂ ਵੀ ਅੰਦਰ ਹੋਊਗਾ। ਮੋਟਰਸਾਈਕਲ ਅੰਦਰ ਹੀ ਲਾ ਦੇਣਾ, ਚੱਲ ਜਵਾਕ ਪਾ ਲੇ। ਹਾਂ ਕੀ ਹੋ ਗਿਆ ਹੁਣ, ਕੀ ਹੋਇਆ? ਚੋਰ ਵਾਲਾ ਪਰਖ ਹੈ ਢੋਲੀ ਕਿੱਧਰ ਗਈ? ਹੋ ਰਹੀ ਪਈ ਹੂ ਪੂਰੀ ਰੁਕੇ ਹੋ ਸੂਈ ਹੈਗੀ। ਉਹ ਸੈਂਕਟਰੀ ਤੋਂ ਕੋਈ ਮੰਗ ਮੁੱਕ ਕੇ ਲੈ ਹੋਵੇ ਕੋਈ? ਨਹੀਂ ਹੋਇਆ ਮੰਮੀ, ਢੋਲੀ ਨਹੀਂ ਹੈਗੀ ਹਰਮਨ। ਮੈਨੂੰ ਤਾਂ ਇਹ ਵੀਰੇ ਦਾ ਕੰਮ ਲੱਗਦਾ ਪਾਪਾ। ਮੈਨੂੰ ਸ਼ੱਕ ਹੀ ਉਸੇ ਤੇ ਪੈਂਦਾ ਹੈ ਵੀ ਉਸੇ ਦਾ ਕੰਮ ਹੈ। ਹੋ ਗਏ ਸ਼ੁਰੂ ਦੋਨੇ, ਚਾਬੀ ਉਹਦੇ ਕੋਲ ਸੀ ਮੰਮੀ, ਹੋਰ ਕੌਣ ਲੈ ਜਾਊਗਾ? ਉਹ ਕੋਈ ਗਵਾਂਢੀ ਲੈ ਜਾ ਸਕਦਾ ਮੰਗ ਕੇ ਸੈਂਟੀ ਤੋਂ। ਐਵੇਂ ਕਿਉਂ ਮੰਗ ਕੇ ਲੈ ਗਵਾਂਢੀ? ਹਾਂ ਇਹ ਕਿ ਪਹਿਲੇ ਜੋ ਗਵਾਂਢੀ ਮੰਗ ਕੇ ਚਾਬੀ ਲਾਓ ਲੈ ਵਿਧੀ ਕਰੇ। ਤੁਸੀਂ ਰਹਿਣ ਦਿਆ ਕਰੋ, ਉਹਦੇ ਮੰਗ ਪੈ ਜਾਂਦੇ। ਮੈਂ ਪੁੱਛਦਾ ਨੂੰ ਕਿੱਥੇ ਬੈਠਾ ਹੋ? ਆ ਜਾਊਗਾ ਕਰੇ ਕੋਈ ਨਾ, ਮੈਂ ਦੇਖਦਾ ਉੱਥੇ ਬੈਠਾ ਹੋਊ ਕਿਤੇ ਅੱਡੇ 'ਚ। ਨਸ਼ਾ ਕਰਾਇਆ ਤੂੰ ਮੇਰੀ ਗੱਲ ਨੀ ਸੁਣਦਾ? ਮੈਂ ਤੈਨੂੰ ਪੁੱਛ ਰਿਹਾ ਕੀ ਨਸ਼ਾ ਕਰਾਤਾ? ਅੱਜ ਲਿਆ ਸਮਾਨ ਜਮਾ ਤੋੜ ਲੱਗ ਗਈ, ਹੱਡ ਤੋੜਦੇ ਜਾਂਦੇ ਨੇ। ਬੋਲ ਯਾਰ ਗਿੱਲ, ਤੂੰ ਕਰ ਕੋਈ ਗੱਲਬਾਤ ਯਾਰ, ਹੁਣ ਮੰਨਦਾ ਤਾਂ ਹੈ ਨੀ ਗਾ। ਗਿੱਲ ਯਾਰ ਮੈਂ ਹੁਣ ਤੈਨੂੰ ਕੀ ਦੱਸਾਂ, ਉਹਦੇ ਢੋਲੀ ਤੁਹਾਡੇ ਸਾਹਮਣੇ ਵੇਚਦੀ ਯਾਰ, ਮੇਰੇ ਨਾਲ ਹੱਥ ਨੀ ਪਰਾ ਵੀ ਕੀ ਬਣੀ ਹੈਗੀ। ਚੱਲ ਫਿਰ ਭਾਵੇਂ ਕਰਦੇ, ਤੇਰੇ ਨਾਲ ਨੀ ਸਾਰਿਆਂ ਨਾਲ ਹੀ ਬਣਦੀ ਆ। ਚੱਲ ਉਹ ਤਾਂ ਛੱਡ, ਫਿਰ ਭਾਵੇਂ ਕਰਦੇ ਹਾਂ। ਤਾਰਾਂ ਤੂਰਾਂ ਨਾਲ ਕਰ ਲਾਂਗੇ। ਕਿਹੜੀਆਂ ਤਾਰਾਂ? ਘਰੇ ਬੈਠੇ ਨੇ ਕਣਕਾਂ, ਦੁਪਹਿਰਾ ਹੋ ਰਿਹਾ, ਹੱਥ ਤੜਕੇ ਤਾਂ ਵਗ ਜਾਂਦਾ ਡੰਗਰਾਂ ਕਰਕੇ। ਹੁਣ ਦੁਪਹਿਰਾ ਹੋ ਰਿਹਾ, ਹੁਣ ਤਾਂ ਨਾਲੇ ਅਗਲਾ ਘਰੇ ਕੱਖ ਪਾਉਣ ਆ ਰਿਹਾ ਹੁਣ। ਚੱਲ ਕਿਹਦੀ ਮੋਟਰ ਤੇ ਜਾਊਂਗੇ? ਤੁਸੀਂ ਨਿਗਾਹ ਰੱਖੋ ਮੜੀ, ਕੋਈ ਨੀ ਆਉਂਦਾ। ਅੱਜ
ਜਗਾੜ ਹੋ ਜੀ ਤੁਮਾ ਅੱਲਾ ਕੋਈ ਨਹੀਂ ਆਉਦਾ ਕੋਈ ਨਹੀਂ ਆਉਦਾ ਉਹਰੇ ਕਿਨੇ ਆਉਣਾ ਨਾ ਸੰਭਾ ਬਾਬਾ ਕੋਈ ਨਹੀਂ ਆਉਦਾ ਦੁਪਹਿਰੇ ਜਦ ਪਤਾ ਹੀ ਹੈ ਕਿਹੜਾ ਲੱਕੜ ਦਾ ਹੋਰ ਸੇਬ ਫਿਰ ਆ ਕਣਕ ਕਿਵੇਂ ਆਪਣੀ ਤਾਂ ਵਧੀਆ ਯਾਰ ਇੱਧਰ ਰੌਲਾ ਜਿਹਾ ਕਹਿੰਦਾ ਪਹਿਰੇ ਯਾਰ ਦੇਖੀ ਇੱਧਰ ਮੈਨੂੰ ਐ ਲੱਗਦਾ ਬੱਲੇ ਲੱਗਦੇ ਨੇ ਯਾਰ ਮੈਨੂੰ ਕੋਈ ਦੇਖ ਯਾਰ ਫਿਰ ਦੇਖੀ ਮੜਾ ਭੱਜ ਕੇ ਸੁਣਨਾ ਦਾ ਪੈ ਗਾ ਉਹ ਕੋਈ ਨਹੀਂ ਆਉਂਦਾ ਦੁਪਹਿਰੇ ਜਦ ਪਤਾ ਹੀ ਹੈ ਕਿਹੜਾ ਲੱਕੜ ਦਾ ਤੇਰੀ ਭਾਵੇਂ ਆ ਰਿਹਾ ਜਿਹੜੇ ਤਾਰਾਂ ਵੱਢਦੇ ਸੀ ਉਹ ਤਾਂ ਆਪਣੇ ਪਿੰਡੋਂ ਹੀ ਨਿਕਲੇ ਮੁੰਡੇ ਫੜ ਰੱਖੇ ਨੇ ਆਪਣੀ ਮੋਟਰ ਤੇ ਨੇਹਾ ਹਾਂ ਵੀ ਜੀਤ ਸਿਆ ਆ ਤੇਰੇ ਮੁੰਡੇ ਨੇ ਕਈ ਤਰ੍ਹਾਂ ਦੀਆਂ ਵੱਢ ਲਈਆਂ ਤਾਰਾਂ ਮੋਟਰਾਂ ਦੀਆਂ ਸਟਾਟਰ ਸਟੂਟਰ ਚੋਰੀ ਕਰ ਲਏ ਨੇ ਇਹ ਤਾਂ ਬਹੁਤ ਮਾੜੀ ਗੱਲ ਹੈ ਯਾਰ ਮੈਂ ਬਹੁਤ ਸਮਝਾਉਂਦਾ ਜੀ ਨਹੀਂ ਸਮਝਾਉਣ ਦੀ ਗੱਲ ਨਹੀਂ ਕਿ ਤਾਂ ਤੁਸੀਂ ਕਿਸੇ ਦਾ ਨੁਕਸਾਨ ਕਰਦੇ ਹੋ ਦੂਜਾ ਕੋਈ ਬੰਦਾ ਗੁੱਸੇ ਕਿਲੇ ਜਾ ਕੇ ਡੰਡਾ ਮਾਰਿਆ ਮਰ ਗਿਆ ਅਗਲੇ ਦੇ ਗਲ ਪਊ ਤੇ ਨਾਲੇ ਤੇਰੀ ਬਦਨਾਮੀ ਆ ਇਹ ਜਾ ਇਹ ਉਹਨੇ ਨਸ਼ਾ ਪਤਾ ਕਰਦੇ ਆ ਖਾਧੀ ਪੀਤੀ ਚ ਉੱਥੇ ਹੱਥ ਲੱਗਿਆ ਕਰੰਟ ਨਾਲ ਮਰ ਗਿਆ ਫਿਰ ਤਾਂ ਕਿਤੇ ਗਲ ਪਊ ਨਹੀਂ ਮੌਕਾ ਤਾਂ ਦੇ ਦੇ ਨਹੀਂ ਤੁਸੀਂ ਇਹਨੂੰ ਮਾੜਾ ਮੋਟਾ ਸਮਝਾਓ ਨਾ ਦੁਬਾਰੇ ਚ ਫਸ ਗਿਆ ਫੇਰ ਦੇਖ ਲੈ ਸਾਰੀ ਪੰਚਾਇਤ ਚ ਬੇਇੱਜ਼ਤੀ ਕਰਾਤੀ ਤੇ ਮੈਨੂੰ ਜੇ ਦੁਬਾਰੇ ਫਸ ਗਿਆ ਫੇਰ ਕੀ ਸਖ਼ਤ ਕਾਰਵਾਈ ਹੋਵੇ ਸਾਰੀ ਪੰਚਾਇਤ ਦੇ ਮੇਰੇ ਦੇਖ ਲਓ ਸਟਾਰਟਰ ਪੱਟ ਕੇ ਲੈ ਗਏ ਨਾਲੇ ਤਾਰ ਲਾਈ ਵੱਢ ਗਏ ਸਾਰੀ ਦੱਸੋ ਕੀ ਸੁਣਦਾ ਮੈਂ ਹੁਣ ਮਾੜੀ ਗੱਲ ਹੈ ਭਾਈ ਇਹਨਾਂ ਵਾਸਤੇ ਚਲੋ ਜੀ ਕੋਈ ਨਾ ਸਰਪੰਚ ਸਾਹਿਬ ਇੱਕ ਮੌਕਾ ਦੇ ਦਿਓ ਮੇਰੇ ਕਹਿਣ ਤੇ ਚਲੋ ਇੱਕ ਮੌਕਾ ਤੁਸੀਂ ਦੇਣਾ ਜੀ ਦੁਬਾਰਾ ਸ਼ਿਕਾਇਤ ਨਾ ਆਵੇ ਠੀਕ ਹੈ ਨਾ ਜਿਹੜੀ ਉਹਦੇ ਪਿੰਡ ਕਾਰਵਾਈ ਕਰੂ ਵੱਖਰੀ ਕਰੂ ਬਾਕੀ ਪ੍ਰਸ਼ਾਸਨ ਦੀ ਕਰਵਾਵਾਂਗੇ ਠੀਕ ਹੈ ਜੀ ਠੀਕ ਹੈ ਨਾ ਇਹ ਮੌਕਾ ਦੁਬਾਰਾ ਨਹੀਂ ਮਿਲਣਾ ਚਾਹੀਦਾ ਇਹ ਤੁਹਾਡਾ ਵੀ ਭਲਾ ਹੈ ਅਤੇ ਪਿੰਡ ਦੀ ਵੀ ਜਿੱਤ ਠੀਕ ਹੈ ਨਾ ਇਹ ਪਿੰਡ ਦੀ ਬੇਇੱਜ਼ਤੀ ਹੁੰਦੀ ਕੰਮਾਂ 'ਚ ਠੀਕ ਹੈ ਇਸ ਵਾਰੀ ਪੰਚਾਇਤ ਇੱਕ ਮੌਕਾ ਦਿੰਦੀ ਹੈ ਦੁਬਾਰਾ ਸ਼ਿਕਾਇਤ ਨਹੀਂ ਹੋਣੀ ਉੱਥੇ ਸਰਪੰਚ ਨੇ ਬੁਲਾਏ ਦੀ ਅੱਜ ਮੈਨੂੰ ਸਾਰੀ ਪੰਚਾਇਤ 'ਚ ਬੇਇੱਜ਼ਤੀ ਕਰਾਤੀ ਨੇ ਮੇਰੀ ਤੂੰ ਵੀ ਮਾੜੀ ਮੋਟੀ ਸ਼ਰਮ ਸੋਚ ਲਿਆ ਕਰ ਬਥੇਰਾ ਸਮਝਾਇਆ ਦੀ ਮੈਂ ਇਹਨੂੰ ਨਾ ਵੀਰੇ ਮਾੜਾ ਮੋਟਾ ਸਾਡੇ ਬਾਰੇ ਸੋਚ ਲੈ ਕਿਉਂ ਬੇਇੱਜ਼ਤੀ ਕਰਾਉਣ ਦੇ ਤੁਲਿਆ ਹੋਇਆਗਾ ਲੋਕ ਕੀ ਸੋਚਣਗੇ ਜਮੀਨ ਨੱਕ ਵੜਾਤਾ ਤੇ ਤੁਹਾਡਾ ਯਾ ਜੀ ਕਰਦਾ ਜਾਬਾਂ ਦੇ ਮਾਰਾਂ ਦੋ ਕਿੱਥੇ ਕਮੀ ਰਹਿ ਗਈ ਤੇ ਦੱਸੀ ਪਹਿਲਾਂ ਮੈਨੂੰ ਤਾਂ ਹੀ ਸਿਰ ਚਾੜਾ ਇਹ ਬਾਲਾ ਤੈਨੂੰ ਬਥੇਰਾ ਸਮਝਾਉਂਦਾ ਰਿਹਾ ਇਹਨੂੰ ਸਾਂਭ ਲੈ ਤੇ ਤੂੰ ਸਾਂਭਿਆ ਨਹੀਂ ਗਿਆ ਇਹ ਹੁਣ ਨਸ਼ਿਆਂ 'ਚ ਪੈ ਕੇ ਦੇਖ ਲੈ ਕੀ ਹਾਲ ਉਹਦੇ ਦਾ ਮੈਨੂੰ ਕੀ ਪਤਾ ਸੀ ਵੀ ਇਹ ਇਹੋ ਜਿਹੇ ਰਾਹ ਤੇ ਤੁਰੂਗਾ ਇਹੋ ਜਿਹਾ ਨਿਕਲੂਗਾ ਇਹ ਕਿਸੇ ਦਾ ਕੁਛ ਨਹੀਂ ਛੱਡਦਾ ਕਿਸੇ ਦੀ ਮੋਟਰ ਦੀ ਤਾਰ ਵੱਢ ਲੈਂਦਾ ਕਿਤੇ ਕਿਸੇ ਘਰੇ ਚੋਰੀ ਕਰ ਲੈਂਦਾ ਪਹਿਲਾਂ ਤਾਂ ਗੈਸ ਆਈਟੋ ਹੁੰਦੀ ਬੇਇੱਜ਼ਤੀ ਚੱਲ ਮਾਰਨਾ ਤਾਂ ਨਹੀਂ ਜਵਾਕ ਉਹ ਤਾਂ ਹੀ ਸਿਰ ਚਾੜਿਆ ਇਹ ਕੋਈ ਨਾ ਸੁਧਰ ਜੂ ਆਪੀ ਇਹ ਨਹੀਂ ਸੁਧਰਦਾ ਹੈਗਾ ਜੇ ਮੰਮੀ ਤੂੰ ਥੋੜਾ ਜਿਹਾ ਪਹਿਲਾਂ ਹੀ ਘੂਰਿਆ ਹੁੰਦਾ ਨਾ ਇਹਨੂੰ ਅੱਜ ਨੂੰ ਆਹ ਦਿਨਾਂ ਦੇਖਣਾ ਪੈਂਦਾ ਆਪਾਂ ਨੂੰ ਉਹ ਇਹਨੂੰ ਮੈਂ ਬਥੇਰਾ ਸਮਝਾਇਆ ਵੀ ਸਾਂਭ ਲੈ ਇਹਨੂੰ ਸਾਂਭ ਲੈ ਇਹ ਤਾਂ ਸਾਂਭਿਆ ਨਹੀਂ ਗਿਆ ਹੁਣ ਨਸ਼ਿਆਂ 'ਚ ਪੈ ਕੇ ਦੇਖ ਲੈ ਕੀ ਹਾਲਤ ਕਰਕੀ ਇਹਨੇ ਦੇਖ ਲੈ ਤੇਰੇ ਪਿੱਛੇ ਮੈਨੂੰ ਵੀ ਸੁਣਨੀ ਆ ਪੈ ਗਈ ਮੂੰਹ ਦੇ ਮਾਰਥਾ ਆਪਣਾ ਹੈਂ ਚੱਲ ਦੱਸ ਕਰੋ ਸਾਰੇ ਪਿੰਡ 'ਚ ਬੇਇੱਜ਼ਤੀ ਕਰਾ ਕੇ ਧਰਤੀ ਮੇਰੀ ਚੱਲ ਛੱਡ ਬਾ ਤੈਨੂੰ ਕਹਿਣਾ ਤੈਨੂੰ ਸੁਣ ਲੈ ਹੁਣ ਛੱਡ ਜੱਬਾ ਕੁੱਟ ਦੂ ਤੇਰੀਆਂ ਛੱਡ ਬਾਪਾ ਬੰਦਿਆਂ ਵਾਂਗੂ ਮੇਰੀ ਗੱਲ ਸੁਣ ਲੈ ਆਖਰੀ ਮੌਕਾ ਤੈਨੂੰ ਦੇਤਾ ਜੇ ਤੇਰੀ ਸ਼ਿਕਾਇਤ ਆ ਗਈ ਦੇਖ ਲੈ ਤੂੰ ਆਪਦੇ ਆਪ ਨੂੰ ਸੋਚ ਲੈ ਫਿਰ ਚੱਲ ਬਾਕੀ ਆ ਤਾਂ ਬਹੁਤ ਕੰਮ ਨੇ ਆ ਦੇਖ ਲੈ ਪੁੱਤ ਆਪਣੇ ਪਿੰਡ 'ਚ ਕਿੰਨੀਆਂ ਮੌਤਾਂ ਹੋ ਗਈਆਂ ਨਸ਼ੇ ਕਰਕੇ ਤੂੰ ਮੇਰਾ ਇਕੱਲਾ ਪੁੱਤ ਹੈ ਮੈਂ ਤੈਨੂੰ ਗਵਾਉਣਾ ਨਹੀਂ ਚਾਹੁੰਦਾ ਤੂੰ ਮੇਰੀ ਕਣੀ ਝਾਤੀ ਮਾਰ ਲੈ ਮੜੀ ਜੀ ਤੈਨੂੰ ਪਤਾ ਮੈਂ ਕਿਵੇਂ ਪਾਲਿਆ ਆ ਤੇਰੀ ਭੈਣ ਕਣੀ ਦੇਖ ਲੈ ਕਿਵੇਂ ਰੋਈ ਜਾਂਦੀ ਹੈ ਵਿਚੇਰੀ ਇਹ ਨਸ਼ਿਆਂ ਦੇ ਵਿੱਚ ਕੁਛ ਨਹੀਂ ਰੱਖਿਆ ਪੁੱਤ ਇਸਦਾ ਬਰਬਾਦੀ ਬਰਬਾਦੀ ਹੈ ਨਾਲੇ ਇੰਨੀ ਬੇਇੱਜ਼ਤੀ ਕਦੇ ਨਹੀਂ ਹੋਈ ਮੇਰੀ ਤੈਂ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਮੈਨੂੰ ਸੁਧਰ ਜਿਹਾ ਪੁੱਤ ਹੁਣ ਤਾਂ ਬਹੁਤ ਬੇਇੱਜ਼ਤੀ ਕਰਾਤੀ ਤੇ ਸਾਡੀ ਆਪਦੇ ਪਿਓ ਦੀ ਦਾੜੀ ਵੱਲ ਦੇਖ ਲੈ ਆ ਬੰਨੇ ਤੇਰੇ ਮੂਹਰੇ ਹੱਥ ਸੁਧਰ ਜਾ ਕੀ ਘਾਟ ਰਹਿ ਗਈ ਤੀ ਸਾਡੇ ਲਾਡ ਪਿਆਰ ਚ ਹੈ ਪਾ ਕੇ ਨੀਵੀਂ ਤੂੰ ਤਾਂ ਬਹਿ ਗਿਆ ਕਿਰਪਿਆਰ ਪੁੱਤ ਤੁਸੀਂ ਓਏ ਹਾਂ ਮੈਂ ਪਤਾ ਲੱਗਾ ਛੋਟੇ ਨਸ਼ੇੜੀ ਮੁੰਡੇ ਦੀਆਂ ਕਰਤੂਤਾਂ ਦਾ ਮੈਂ ਬੈਠ ਕੇ ਗੱਲ ਕਰਦਾ ਪੁੱਤ ਉਹ ਬੈਠੀ ਪਿਆ
ਤੁਸੀਂ ਇਹੋ ਜਿਹੇ ਘਰ ਦਾ ਰਿਸ਼ਤਾ ਜੋੜਨਾ ਚਾਹੁੰਦੇ ਜੀ ਸਾਡੇ ਨਾਲ? ਇੱਕ ਨੰਬਰ ਦਾ ਨਸ਼ੇੜੀ ਮੁੰਡਾ ਚੋਰੀਆਂ ਚਪਾਟੀਆਂ ਇਹ ਕਰਦਾ। ਉਹ ਕੋਈ ਨਾ ਪੁੱਤ ਬੈਠ ਤੇ ਆਪਾਂ ਬੈਠ ਕੇ ਗੱਲ ਕਰਦੇ ਆ। ਉਹ ਮੈਂ ਤੈਨੂੰ ਕਹਿ ਰਿਹਾ ਬੈਠੇ ਹੀ ਪਿਆ। ਉਹ ਹੌਲੀ ਬੋਲ ਪੁੱਤ, ਗਵਾਂਢੀ ਬਾਤ ਸੁਣਦੇ ਆ। ਉਹ ਸੁਣਦੇ ਤਾਂ ਸੁਣੀ ਜਾਣ, ਅਸੀਂ ਗੁਰਸਿੱਖ ਪਰਿਵਾਰ ਤੇ ਇਹੋ ਜਿਹੇ ਨਸ਼ੇੜੀਆਂ ਨਾਲ ਰਿਸ਼ਤਾ ਜੋੜਾਂਗੇ ਅਸੀਂ। ਪੁੱਤ ਮੈਂ ਨਸ਼ਾ ਆਪੇ ਛਡਾਊਂਗਾ, ਠੀਕ ਹੈ ਨਾ? ਪੁੱਤ ਇਹਦੇ ਕੁੱਤੇ ਦੀ ਪੂਛ ਵੀ ਸੱਜੀ ਹੋਈ ਆ, ਨਸ਼ਾ ਛੱਡੂ ਇਹ। ਉਹ ਪੁੱਤ ਮੈਂ ਤੇਰੇ ਪੈਰੀ ਹੱਥ ਲਾਉਣਾ। ਉਹ ਨਾ ਨਾ, ਤੇਰੇ ਪੈਰੀ ਹੱਥਾਂ ਦੀ ਲੋੜ ਨਹੀਂ, ਮਾਂ ਦੀ ਜ਼ਿੰਦਗੀ ਥੋੜਾ ਬਰਬਾਦ ਕਰਦੇ ਨੇ। ਮੇਰੀ ਧੀ ਦੀ ਜ਼ਿੰਦਗੀ ਬਰਬਾਦ ਹੋਊਗੀ ਪੁੱਤ, ਐਂ ਨਾ ਕਰ ਤੂੰ। ਓਏ ਆਪਣੀ ਧੀ ਵਾਸਤੇ ਹੁਣ ਕੋਈ ਹੋਰੇ ਲੱਗੇ। ਉਹ ਨਾ ਪੁੱਤ, ਮੈਂ ਤੇਰੇ ਪੈਰੀ ਹੱਥ ਲਾਉਣਾ। ਓਏ ਤੂੰ ਪਰਾਂ ਮਾਰਾ। ਦੇਖ ਲੈ ਅੱਜ ਤੇਰੇ ਕਾਰਨ ਕੀ ਹੋਇਆ, ਤੇਰੇ ਕਰਮਾਂ ਦੀ ਸਜ਼ਾ ਤੇਰੀ ਭੈਣ ਨੂੰ ਮਿਲੀ ਹੈ। ਕਰਮ ਸੋਚ ਲਾ ਹੁਣ ਤੂੰ ਮਾੜੀ ਮੋਟੀ। ਪੈਗੀ ਤੇਰੇ ਕਾਲ ਜੇ ਖੰਡ, ਆ ਦੇਖ ਲੈ ਤੇਰੇ ਨਸ਼ਿਆਂ ਨੇ ਕੀ ਕਰੇਗਾ। ਆ ਦੇਖ ਲੈ ਕੀ ਹੋ ਗਿਆ ਅੱਜ, ਤੇਰੀ ਭੈਣ ਦਾ ਰਿਸ਼ਤਾ ਛੱਡਤਾ ਉਹਨੇ, ਪਿੰਡ 'ਚ ਬੇਇੱਜ਼ਤੀ ਕਰਾਤੀ ਤੈਂ। ਤੈਨੂੰ ਬਥੇਰਾ ਸਮਝਾਇਆ ਤੀ ਮੈਂ ਵੀ ਨਸ਼ੇ ਨਾ ਕਰ, ਨਸ਼ੇ ਨਾ ਕਰ, ਮੂੰਹ ਦਿਖਾਉਣ ਜੋਗਾ ਨਹੀਂ ਮੈਂ ਰਿਹਾ ਕਿਸੇ ਪਾਸੇ। ਕੌਣ ਲਊਗਾ ਇਹਦਾ ਰਿਸ਼ਤਾ ਹੁਣ? ਤੈਨੂੰ ਕਹਿਣਾ ਕੰਜਰ ਦਾ, ਤੈਨੂੰ ਬੈਠਾ ਹੁਣ ਮੂੰਹ ਲਟਕਾਈ। ਕਿੰਨੇ ਚਾਵਾਂ ਨਾਲ ਰਿਸ਼ਤਾ ਕਰਿਆ ਤੀ ਮੈਂ, ਕਿੰਨਾ ਸੋਹਣਾ ਪਰਿਵਾਰ ਤੀ ਉਹ, ਇਹ ਜਿਹਾ ਮੁੰਡਾ ਭਾਲਿਆ ਨਹੀਂ ਮਿਲਣਾ। ਤੇਰੇ ਕਰਕੇ ਰਿਸ਼ਤਾ ਟੁੱਟਿਆ ਸਾਰਾ, ਤੇਰੀ ਵਜ੍ਹਾ ਕਰਕੇ ਹੁਣ ਬੈਠਾ ਨਿਮੀ ਪਾਈ ਤੂੰ। ਲੋਕ ਗੱਲਾਂ ਕਰਨਗੇ ਵੀ ਇਹਦੀ ਭੈਣ ਦਾ ਰਿਸ਼ਤਾ ਇਹਦੇ ਭਾਈ ਕਰਕੇ ਟੁੱਟਿਆ ਨਾ, ਮੈਂ ਮੂੰਹ ਦਿਖਾਉਣ ਜੋਗਾ ਛੱਡਿਆ ਕਿਸੇ ਪਾਸੇ ਤਾਂ। ਇਹਨੂੰ ਸਮਝਾਇਆ ਦਾ ਕੀ ਫਾਇਦਾ ਈ, ਛੱਡੋ ਪਰੇ। ਉਹ ਸਾਰੇ ਪਿੰਡ 'ਚ ਬੇਇੱਜ਼ਤੀ ਕਰਾ ਕੇ ਰੱਖਦੇ ਨੇ ਮੇਰੀ, ਨੱਕ ਡਬੋ ਕੇ ਮਰ ਜਾ। ਇੱਦੂ ਤਾਂ ਵਧੀਆ ਸਾਡੇ ਤੋਂ ਨਾ ਹੀ ਹੁੰਦਾ, ਅਸੀਂ ਮਨ ਸਮਝਾ ਲੈਂਦੇ ਵੀ ਸਾਡੇ ਇੱਕ ਧੀ ਹੈ। ਕਿਤੇ ਕੁਛ ਚੱਕ ਕੇ ਵੇਚਦੇ, ਬਾਰ ਬੂਰ ਖੁੱਲੇ ਪਏ ਨੇ ਸਾਰੇ, ਤਵਾਰੀ ਵੀ ਨਹੀਂ ਤੇਰੀ ਤਾਂ ਹੁਣ। ਕਿਤੇ ਕੁਛ ਚੱਕ ਕੇ ਵੇਚਦੇ, ਬਾਰ ਬੂਰ ਖੁੱਲੇ ਪਏ ਨੇ ਸਾਰੇ, ਅਸੀਂ ਗੁਰਸਿੱਖ ਪਰਿਵਾਰ ਤੇ ਇਹੋ ਜਿਹੇ ਨਸ਼ੇੜੀਆਂ ਨਾਲ ਰਿਸ਼ਤਾ ਜੋੜਾਂਗੇ। ਤੇਰੇ ਕਰਮਾਂ ਦੀ ਸਜ਼ਾ ਤੇਰੀ ਭੈਣ ਨੂੰ ਮਿਲੀ ਹੈ। ਤੁਸੀਂ ਇਹੋ ਜਿਹੇ ਘਰ ਦਾ ਰਿਸ਼ਤਾ ਜੋੜਨਾ ਚਾਹੁੰਦੇ ਸਾਡੇ ਨਾਲ? ਇੱਕ ਨੰਬਰ ਦਾ ਸੇੜੀ ਮੁੰਡਾ ਚੋਰੀਆਂ ਚਪਾਟੀਆਂ ਇਹ ਕਰਦਾ। ਲੋਕ ਗੱਲਾਂ ਕਰਨਗੇ ਵੀ ਇਹਦੀ ਭੈਣ ਦਾ ਰਿਸ਼ਤਾ ਇਹਦੇ ਭਾਈ ਕਰਕੇ ਟੁੱਟਿਆ, ਤੇਰੇ ਕਰਕੇ ਰਿਸ਼ਤਾ ਟੁੱਟਿਆ ਸਾਰਾ, ਸਾਰੀ ਵਜ੍ਹਾ ਕਰਕੇ। ਮੰਮੀ ਪਾਥੀਆਂ ਤਾਂ ਸੁੱਕ ਗਈਆਂ ਨਾ? ਹਾਂ ਪੁੱਤ ਪਾਥੀਆਂ ਤਾਂ ਸੁੱਕ ਗਈਆਂ, ਨਾਲ ਤੂੰ ਬਾਲਾ ਮਨ ਤੇ ਨਾ ਗੱਲ ਲਾਇਆ ਕਰ ਹੁਣ। ਬੜੇ ਟਾਈਮ ਬਾਅਦ ਗੇੜਾ ਮਾਰਿਆ ਜੀ ਪਿੰਡ 'ਚ। ਬਸ ਸਰ ਜੀ ਮੈਂ ਕਾਰਨ ਆਇਆ ਨਹੀਂ ਗਿਆ। ਅੱਛਾ ਹੁਣ ਕਿੱਥੇ ਡਿਊਟੀ ਹੈ ਜੀ? ਗੁਰੂ ਘਰ ਡਿਊਟੀ ਹੈ, ਉੱਥੇ ਸੇਵਾ ਚੱਲਦੀ ਹੈ। ਅੱਛਾ ਅੱਛਾ ਜੀ, ਕਾਰਨ ਬਸ ਆ ਹੀ ਨਹੀਂ ਜਾਂਦਾ। ਅੱਛਾ ਅੱਛਾ ਜੀ, ਬਸ ਚਾਰ ਤਾਂ ਦੋ ਮਿੰਟ ਲੱਗਣਗੇ ਬਸ ਪਾਉਣ ਦੇ। ਆਜੋ ਆਜੋ। ਤੂੰ ਗੱਲ ਤਾਂ ਦੱਸ ਦੇ ਮੈਨੂੰ, ਕੀ ਗੱਲ ਹੋ ਗਈ ਪੁੱਤ? ਬਾਪੂ ਤੈਨੂੰ ਕੀ ਦੱਸਾਂ ਮੈਂ, ਕੀ ਹੋ ਗਿਆ ਬਈ ਇਹਨੂੰ? ਤੂੰ ਗੱਲ ਕਿਆ ਦੱਸ ਮੈਨੂੰ, ਮੈਂ ਆਹ ਗੱਲ ਤੋਂ ਮਰਦਾ ਪੁੱਤ। ਬਾਪੂ ਇਸ ਦੁਨੀਆਂ ਤੇ ਜਾਣ ਦਾ ਮੇਰਾ ਕੋਈ ਹੱਕ ਨਹੀਂ, ਬਾਪੂ ਮੇਰੇ ਕਰਕੇ ਮੇਰੀ ਭੈਣ ਦਾ ਰਿਸ਼ਤਾ ਟੁੱਟ ਗਿਆ। ਤੂੰ ਇਹ ਸ਼ਰਮਿੰਦਗੀ ਨਾ ਕਰ, ਜੇ ਤੈਨੂੰ ਸ਼ਰਮਿੰਦਗੀ ਕਰਨੀ ਹੈ ਤੂੰ ਨਸ਼ਿਆਂ ਤੋਂ ਕਰ। ਬਾਬਾ ਜੀ ਕੀ ਕਰਾਂ, ਮੈਥੋਂ ਆਹ ਨਸ਼ੇ ਛੱਡੇ ਨਹੀਂ ਜਾਂਦੇ। ਪੁੱਤ ਜੇ ਤੂੰ ਗੁਰੂ ਦੇ ਲੜ ਲੱਗੇਗਾ, ਗੁਰੂ ਘਰ ਜਾਵੇਂਗਾ, ਬਾਣੀ ਸੁਣੇਗਾ, ਸਾਡੀ ਕੌਮ ਕੋਈ
ਨਸ਼ਿਆਂ ਨਾਲ ਮਰਨ ਵਾਸਤੇ ਥੋੜ੍ਹੀ ਹੈ ਸਾਡੀ ਕੌਮ 'ਚ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਕੀਤੀਆਂ ਨੇ, ਗੁਰੂ ਸਾਹਿਬ ਨੇ ਸਾਨੂੰ ਕਿਹੜੇ ਰਾਹ ਦਿਖਾਏ, ਗੁਰੂ ਦੇ ਲੜ ਲੱਗ ਇਹ ਕੀ ਵੱਡੀ ਗੱਲ ਹੈ, ਵੱਡੇ ਵੱਡੇ ਸੁਧਰ ਜਾਂਦੇ ਨੇ। ਆਪਣੀ ਜ਼ਿੰਦਗੀ ਨਾਲ ਪਿਆਰ ਕਰ। ਬਾਬਾ ਜੀ ਮੇਰਾ ਜੀ ਤਾਂ ਬਹੁਤ ਕਰਦਾ ਪਰ ਛੱਡੇ ਨਹੀਂ ਆਉਂਦੇ। ਬੁੱਤ ਜੇ ਤੂੰ ਜਾਵੇਂਗਾ ਗੁਰੂ ਘਰ ਜਾਵੇਂਗਾ, ਬਾਣੀ ਸੁਣੇਗਾ, ਇਤਿਹਾਸ ਸੁਣੇਗਾ ਸਾਹਿਬਜ਼ਾਦਿਆਂ ਦਾ, ਗੁਰੂ ਸਾਹਿਬ ਦਾ, ਫਿਰ ਤੇਰੇ ਵਾਸਤੇ ਕੋਈ ਵੱਡੀ ਗੱਲ ਨਹੀਂ। ਫਿਰ ਸਤਿਗੁਰੂ ਆਪ ਵੀ ਕਿਰਪਾ ਕਰਦੇ ਨੇ, ਫਿਰ ਆਪ ਵੀ ਤੇਰਾ ਜੀਵਨ ਜਿਉਣ ਨੂੰ ਤੇਰਾ ਜੀ ਕਰੂਗਾ, ਮਨ ਕਰੂਗਾ ਕਿ ਚੰਗੀ ਜ਼ਿੰਦਗੀ ਬਣਾ ਅਤੇ ਆਪਣਾ ਆਪਣੇ ਪਰਿਵਾਰ ਨੂੰ ਸੁੱਖਾਂ 'ਚ ਰੱਖ, ਨਾਲੇ ਆਪਣੀ ਜ਼ਿੰਦਗੀ ਨਾਲ ਪਿਆਰ ਕਰ। ਕੱਲਾ ਕੱਲਾ ਪੁੱਤ ਮੇਰਾ, ਮੈਂ ਤੈਨੂੰ ਮਸੀਂ ਪਾਲਿਆ ਪੁੱਤ, ਹੋਰ ਮਾਂ ਬਾਪ ਨੇ ਪਤਾ ਨਹੀਂ ਕਿਵੇਂ ਦੇਖਿਆ ਤੈਨੂੰ। ਸੁਣਦਾ ਪੁੱਤ ਤੈਨੂੰ ਕੁਛ ਬਾਪੂ, ਬਾਪੂ ਮੈਨੂੰ ਮਾਫ਼ ਕਰ ਦੇ ਆਪਣੀ ਜ਼ਿੰਦਗੀ ਨਾਲ ਪਿਆਰ ਕਰ, ਗੁਰੂ ਘਰ ਜਾਇਆ ਕਰ, ਬਾਣੀ ਪੜ੍ਹ, ਸਭ ਕੁਛ ਛੱਡ ਜਾਏਗਾ, ਤੇਰਾ ਜੀਵਨ ਬਹੁਤ ਵਧੀਆ ਬਣ ਜੂਗਾ, ਇੱਕ ਚੰਗਾ ਜੀਵਨ ਸਮਾਜ ਵਿੱਚ ਜਿਉਂ ਤੇ ਚੰਗਾ ਆਪਦੇ ਪਰਿਵਾਰ, ਤੇਰਾ ਪਰਿਵਾਰ, ਤੇਰੇ ਮਾਂ ਬਾਪ ਖੁਸ਼ ਹੋਣ, ਤੇਰੇ ਤੇ ਪ੍ਰਾਊਡ ਕਰਨ, ਮਾਣ ਕਰਨ। ਪੁੱਤ ਆਪਣੀ ਜ਼ਿੰਦਗੀ ਨਾਲ ਪ੍ਰੇਮ ਕਰਨਾ ਸਿੱਖ, ਗੁਰੂ ਸਾਹਿਬਾਂ ਨਾਲ ਪਿਆਰ ਕਰ, ਬਾਣੀ ਪੜ੍ਹ, ਗੁਰੂ ਘਰ ਜਾ, ਚੰਗੇ ਕੰਮ ਕਰਮ ਕਰ, ਮਾਂ ਬਾਪ ਦਾ ਵੀ ਨਾਂ ਰੋਸ਼ਨ ਹੋਵੇ, ਉੱਚਾ ਹੋਵੇ, ਤੇਰਾ ਜੀਵਨ ਵੀ ਉੱਚਾ ਹੋਵੇ, ਉਹ ਤਾਂ ਸਭ ਕੁਛ ਹੋ ਸਕਦਾ। ਬਾਬਾ ਜੀ ਤੁਹਾਡੀ ਇਸ ਗੱਲਾਂ ਨੇ ਬਾਬਾ ਜੀ ਮੇਰਾ ਤਾਂ ਮੇਰੀ ਅੱਖਾਂ ਖੋਲਤੀਆਂ। ਸ਼ੁਕਰ ਹੈ, ਧੰਨਵਾਦ ਹੈ ਪਰਮਾਤਮਾ ਦਾ, ਸਤਿਗੁਰਾਂ ਦਾ, ਜਿਹੜਾ ਤੇਰਾ ਜੀਵਨ, ਇਹ ਕੋਈ ਬਸ ਠੋਕਰ ਸੀ ਤੈਨੂੰ ਲੱਗਣੀ ਸੀ, ਤੂੰ ਆਪਣਾ ਜੀਵਨ ਬਣਾ, ਇੱਕ ਚੰਗਾ ਜੀਵਨ ਬਣਾ, ਸੱਚਾ ਜੀਵਨ। ਸਭ ਦਾਣਾ ਪਾਣੀ ਤੇਰਾ ਏ, ਸਭ ਦਾਣਾ ਪਾਣੀ ਤੇਰਾ ਏ, ਤੂੰ ਚੁਗਦਾ ਫਿਰਦਾ ਜਿਹੜਾ ਏ, ਸਭ ਦਾਣਾ ਪਾਣੀ ਤੇਰਾ ਏ, ਸਭ ਦਾਣਾ ਪਾਣੀ ਤੇਰਾ ਏ। ਪੱਥਰਾਂ ਵਿੱਚ ਵੀ ਖਾਣ ਨੂੰ ਦਿੰਦਾ, ਫਿਕਰ ਕਾਹਦੀ ਰੁਜ਼ਗਾਰਾਂ ਦੀ, ਉਦਮ ਕਰਨਾ ਰੱਖ ਜਾਰੀ, ਰੁੱਤ ਦੂਰ ਨਹੀਂ ਬਹਾਰਾਂ ਦੀ, ਉਦਮ ਕਰਨਾ ਰੱਖ ਜਾਰੀ, ਰੁੱਤ ਦੂਰ ਨਹੀਂ ਬਹਾਰਾਂ ਦੀ। ਕਿਆਸ ਨਹੀਂ ਲੱਗਣਾ ਤੇਥੋਂ ਯਾਰਾ, ਚਿੱਟਾ ਉਹਦਾ ਘੇਰਾ ਏ, ਸਭ ਦਾਣਾ ਪਾਣੀ ਤੇਰਾ ਏ, ਸਭ ਦਾਣਾ ਪਾਣੀ ਤੇਰਾ ਏ, ਤੂੰ ਚੁਗਦਾ ਫਿਰਦਾ ਜਿਹੜਾ ਏ, ਸਭ ਦਾਣਾ ਪਾਣੀ ਤੇਰਾ ਏ, ਸਭ ਦਾਣਾ ਪਾਣੀ ਤੇਰਾ ਏ। ਲੈ ਹੁਣ ਤਾਂ ਆਪਣਾ ਸੈਂਟੀ ਵਧੀਆ ਸੁਧਰ ਗਿਆ, ਚੰਗੀ ਪੱਗ ਲੱਗ ਗਿਆ ਬੰਨਣ, ਨਾਲੇ ਗੁਰੂ ਘਰ ਲੱਗ ਗਿਆ ਜਾਣ, ਨਾਲੇ ਚੰਗੀ ਗੁਰਬਾਣੀ ਪੜ੍ਹਦਾ। ਹਾਂ ਵਧੀਆ, ਹੁਣ ਤਾਂ ਜਿਹੜਾ ਮਰੀਕ ਸਿੰਘ ਨੇ ਵਧੀਆ ਪਿੰਡ ਦੇ ਆਸਾਨ ਕਰਤਾ, ਮੈਂ ਉਹਦਾ ਆਸਾਨ ਕਦੇ ਨਹੀਂ ਭੁੱਲ ਸਕਦਾ। ਮੇਰੇ ਜਵਾਕ ਨੇ ਮਰ ਜਾਣਾ ਤੂੰ। ਵਧੀਆ ਜੀ ਵਧੀਆ, ਆਪਾਂ ਉਹਦਾ ਗੁਣ ਕਿੱਥੇ ਦੇਵਾਂਗੇ। ਸਾਰੇ ਨਸ਼ੇ ਛੱਡ ਗਿਆ, ਇੰਨੇ ਵਧੀਆ ਤਰੀਕੇ ਨਾਲ ਸਮਝਾਇਆ ਉਹ। ਬਸ ਹੁਣ ਤਾਂ ਹਰਮਨ ਦੀ ਸੋਚ ਹੈ ਇਕੱਲੀ ਦੀ, ਬਸ ਹੁਣ ਕੋਈ ਨਾ ਪਰਮਾਤਮਾ ਆਪੀ ਭਲੀ ਕਰੂਗਾ, ਇਹਦੇ ਵੀ ਕਰਮਾਂ ਦੇ ਵਿੱਚ ਕੋਈ ਚੰਗਾ ਵਰ ਲਿਖਿਆ ਹੋਊਗਾ। ਬਾਪੂ ਜੀ ਮੇਰੀ ਬਿਲਕੁਲ ਟੈਨਸ਼ਨ ਨਾ ਲਓ, ਮੈਨੂੰ ਤਾਂ ਇੰਨਾ ਹੀ ਬਹੁਤ ਹੈਗਾ ਵੀ ਮੇਰਾ ਵੀਰਾ ਸਿੱਧੇ ਰਾਹ ਪੈ ਗਿਆ, ਨਾਲੇ ਮੈਂ ਤਾਂ ਹਲੇ ਪੜ੍ਹਨਾ ਆ। ਚੱਲ ਕੋਈ ਨਾ ਪੁੱਤ, ਪੜ੍ਹ ਲਈ ਤੂੰ ਪੜ੍ਹ ਲਈ। ਕੋਈ ਨਾ ਪੁੱਤ, ਜਿੱਥੇ ਸੰਯੋਗ ਲਿਖੇ ਹੋਏ ਬਾਕੀ ਦਾ ਰਿਸ਼ਤਾ ਤਾਂ ਉੱਥੇ ਹੋਣਾ, ਆਪਣੀ ਕਾਲੀ ਨਾਲ ਕੁਛ ਨਹੀਂ ਬਣਦਾ ਹੈਗਾ। ਬਸ ਇਹੀ ਸੋਚ ਹੈ ਵੀ ਨੌਜਵਾਨ ਪੀੜ੍ਹੀ ਹੈ ਜਿਹੜੀ ਆਪਣੀ ਨਸ਼ੇ 'ਚ ਡੁੱਬ ਰਹੀ ਹੈ, ਉਹ ਸੁਧਰਨੀ ਚਾਹੀਦੀ ਆਪਾਂ ਨੂੰ ਤਾਂ। ਅੱਜ ਕੱਲ ਦੀ ਪੀੜ੍ਹੀ ਕਿੰਨੀ ਉਹ ਹੋ ਰਹੀ ਹੈ ਨਸ਼ਿਆਂ ਚ ਬਰਬਾਦ, ਹੈ ਨਾ। ਉਹ ਤਾਂ ਚੱਲ ਵਧੀਆ। ਲੈ ਬਾਪੂ ਪ੍ਰਸ਼ਾਦ ਲੈ ਲਓ। ਆ ਗਿਆ ਪੁੱਤ ਤੂੰ? ਹਾਂ ਹਾਂ ਆ ਗਿਆ। ਲੈ ਪੁੱਤ ਦੇਖ, ਮੇਰੇ ਪੁੱਤ ਦੇ ਪੱਗ ਕਿੰਨੀ ਸੋਹਣੀ ਲੱਗਦੀ ਹੈ। ਬਾਦਸ਼ਾਹ ਵਾਹਿਗੁਰੂ ਮਾਲਕਾ। ਕੀ ਗੱਲਾਂ ਲੱਗ ਰਹੀਆਂ ਫਿਰ? ਇਹੀ ਗੱਲਾਂ ਲੱਗ ਰਹੀਆਂ ਪੁੱਤ ਵੀ ਦੇਖ ਲੈ ਆਪਣੇ ਪਿੰਡ 'ਚ, ਸ਼ਹਿਰ 'ਚ ਹਰ ਇੱਕ 'ਚ ਕਿੰਨਾ ਨਸ਼ਾ ਫੈਲ ਰਿਹਾ। ਆ ਚਿੱਟੇ ਨੇ ਤਾਂ ਦੁਨੀਆਂ ਉਹੀ ਬਰਬਾਦ ਕਰਤੀ ਦੇਖ ਲੈ।
तेनू भी पता है तू भी रात चलेंगा है वधिया पुत्त तू सुधर गया नशे दे राह ते जिंदगी खराब है वीरे इहदे बारे अपनी नवी पीढ़ी ने सोचना चाहिदा है थोड़ा जिहा नाले तू ओ दिन देख जो तू नशे करदा थी नाले अज देख किन्ना सोहना लगदा तू है मैं तो हूँ सोनू भी कहना बेबे हूँ तुम भी मेरे नाल चलिया करो सवेरे गुरुद्वारे चलिया करांगे पुत्त चलिया करांगे पुत्त नाले बापू हूँ तू भी अंबर ते छक ला कोई ना पुत्त छकूंगा अमर दाढ़ी दूड़ी रख्या कर होर होर कोई गल नहीं पुत्त एवें चंगा नहीं लगदा देख हूँ पौधा महीना चढ़दा पौधा महीना चढ़न वाला देख ला मूहरे साहबजादियां दे दिन आउणगे आपां चलिया करांगे सेवा करिया करांगे गुरु घर ठीक है ठीक है होर चाचू पा दो मैनू हाँ चाह पाने पुत्त मैं लिया अंदर फरमोश पे अपने गुरुद्वारा साहिब खंड पाठ कराउणगे कल अच्छा अज उत्थे सफाई जी करनी थोड़ी चल तू फिर भग जा छेती आ जी हाँ तू मैनू फोन करानी आ भैण तू ठीक है ये आपां वड़ चलांगे चल मैं फोन कह दूंगा हरमन नूं कर दूंगी जदों हरमन ने फोन करता उहदी आ जी हाँ हाँ कोई ठीक है लगूगा तेन अच्छा बस आ जा फिर ठीक है आ जा ले। कर पुत्ता आ गई दुकान आही दुकान है सामने आही है हाँ अच्छा पहला आया तू अच्छा अच्छा आ जा फिर कपड़े वधिया ले लिए ने हुण होर बाबू जी सत्श्रीकाल जी और लाला जी ठीक हो वधिया जी वधिया इहदा कपड़े दिखाओ जी मुंडे नूं हां जी की दे दिया महाराज ना मैं तां फेर ले लूंगा पहला बेबे होरां वास्ते ले लैणे आ ओए ना तू ले लै इक दा सूट दिखा दो जी एक फलकारी दिखा दो पहन वास्ते एक भैया दे दिए सूट तां ठीक हां एक फलकारी दिखा दो होर भाई किवें गया नहीं ध्यान बन गया पग पुग बन्नन लग गया पहला तां मोना हुंदा सी तू होर जी इहदा वधिया गुरु लड़ लग गया जी हुण पग लग गया बन्नन वाले ਜਿਹੜਾ ਨਸ਼ਾ ਕਰਦਾ ਸੀ ਹੁਣ ਸੁਧਰ ਗਿਆ ਜੀ ਚੰਗੇ ਰਾਹ ਪੈ ਗਏ ਜੀ ਤਾਂ ਹੁਣ ਵਧੀਆ ਕੀਤਾ ਹੋਰ ਠੀਕ ਠਾਕ ਹੋ ਹਾਂ ਠੀਕ ਠਾਕ ਹੈ ਵਧੀਆ 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 ਬਾਈ ਕਿਆ ਨਹੀਂ ਧਿਆਨੀ ਬਣ ਗਿਆ ਤੂੰ ਕਹਿੰਦੀ ਵਾ ਪੁਜਾ ਇਤਨੇ ਅੜਤੀ ਕੋਲੇ ਫਿਰ ਹਾਂ ਚੱਲ ਮਾਰਤੀ ਲੈ ਵੀ ਜਾਏ ਮਾ ਆ ਦੇਖਾ ਕਿੰਨੀ ਸੋਹਣੀ ਫੁਲਕਾਰੀ ਆ ਗਈ ਲੈ ਭੈਣ ਹਾਂ ਹੀ ਦੇ ਦੇ ਬਈ ਦੋਨੋਂ ਚੱਲ ਮੈਂ ਆ ਗਿਆ ਮੜਾ ਅੜਤੀ ਲੈ ਵੀ ਜਾਏ ਮੈਂ ਹੈ ਠੀਕ ਹੈ ਠੀਕ ਹੈ ਦੇਖ ਲੈ ਮੰਮੀ ਤਾਂ ਵੀਰਾ ਕਿੰਨਾ ਸੋਹਣਾ ਲੱਗਦਾ ਹੈ ਪੱਗ ਬੰਨ ਕੇ ਹੋਰ ਹੁਣ ਕਿੰਨਾ ਸੋਹਣਾ ਲੱਗਦਾ ਮੈਂ ਤਾਂ ਬਹੁਤ ਖੁਸ਼ ਹਾਂ ਵੀ ਗੁਰਦੁਆਰੇ ਜਾਣ ਲੱਗ ਗਿਆ ਮੈਂ ਵੀ ਦੇਖਦੇ ਬਸ ਆ ਤੇਰੀਆਂ ਬੁਣ ਕੇ ਨਾ ਜਰਾਬਾਂ ਉਹਦੇ ਵਾਸਤੇ ਕੋਟੀ ਕੁੱਟੀ ਲਾਉਣੀ ਸਵੇਰੇ ਠੰਡ ਚ ਉੱਠ ਕੇ ਜਾਂਦਾ ਵਿਚਾਰਾ ਨਾਲੇ ਮੈਨੂੰ ਇੱਕ ਸੂਟ ਤਾਂ ਲੈ ਦੇ ਮੰਮੀ ਦੇਖ ਲੈ ਕਿੰਨਾ ਪੁਰਾਣਾ ਹੋ ਗਿਆ ਸੂਟ ਮੇਰਾ ਕੋਈ ਨਾ ਮੈਂ ਦਵਾ ਦੂੰ ਪੁੱਤ ਤੈਨੂੰ ਸੂਟ ਹੋਰ ਹੁਣ ਹੁਣ ਆਪਾਂ ਗੁਰਦੁਆਰੇ ਜਾਇਆ ਕਰਾਂਗੇ ਵੀਰੇ ਨਾਲ ਸਵੇਰੇ ਨਾਲੇ ਤੇਰੇ ਵੀਰੇ ਦੇ ਸ਼ਰਟਾਂ ਤੇ ਪ੍ਰੈਸ ਕਰ ਦੀ ਲੈ ਮੰਮੀ ਵੀਰੇ ਤਾਂ ਆ ਗਏ ਹਾਂ ਕਿੰਨੀ ਲੰਬੀ ਉਮਰ ਹੈ ਲੈ ਦਿਖਾ ਪੁੱਤ ਤੇਰੀ ਮਾਂ ਨੂੰ ਲੈ ਭਾਈ ਅਸਲ ਦੇ ਵਾਸਤੇ ਕੱਪੜੇ ਲੈ ਆ ਮੈਂ ਹੁਣੇ ਕਹਿ ਰਹੀ ਸੀ ਮੰਮੀ ਨੂੰ ਲੈ ਤੇਰੇ ਵਾਸਤੇ ਲੈ ਮਾਤਾ ਤੇਰੇ ਵਾਸਤੇ ਸੋਹਣੀ ਹੈ ਦੇਖ ਲੈ ਕਿੰਨੀ ਸੋਹਣੀ ਫੁਲਕਾਰੀ ਲਿਆ ਕਿਤੇ ਤੇਰੇ ਵੀਰੇ ਨੇ ਲੈ ਪੁੱਤ ਮਾੜਾ ਮੈਂ ਖੇਤ ਜਾਇਆ ਮੈਂ ਹੈ ਜਾਇਆ ਜਾਇਆ ਖੇਤ ਮੈਂ ਜਾਇਆ ਨਾ ਬਾਪੂ ਉਹ ਕੋਈ ਨਾ ਪੁੱਤ ਤੂੰ ਘਰੇ ਰਹਿ ਗੁਰੂ ਘਰ ਜਾਇਆ ਨਾਲੇ ਠੀਕ ਹੈ ਨਾ ਸੇਵਾ ਕਰ ਤੂੰ ਠੀਕ ਹੈ ਮੈਂ ਆਪੀ ਜਾਇਆਂਗਾ ਖੇਤ ਨੂੰ ਤੇ ਲੈ ਮੇਰੇ ਵਾਸਤੇ ਰੋਟੀ ਬਣਾ ਦੋ ਫਿਰ ਹਾਂ ਵੀਰੇ ਮੈਂ ਹੁਣੇ ਬਣਾਉਣੀ ਆ ਰੋਟੀ ਤੇ ਨਾਲੇ ਕੱਪੜੇ ਸਾਵੇਂ ਅੰਦਰ ਸਾਵੇਂ ਆ ਲੈ ਜਾਣਾ ਕਿ ਜੇ ਓਏ ਤੂੰ ਅੱਜ ਬੜੇ ਦਿਨਾਂ ਬਾਅਦ ਆਇਆ ਬਾਈ ਕੀ ਗੱਲ ਆ ਬਾਈ ਮੈਂ ਪਹਿਲਾਂ ਕਮਾਨ ਲਾਉਣਾ ਛੱਡਤਾ ਸੀਗਾ ਅੱਛਾ ਛੱਡਤਾ ਸੀ ਫਿਰ ਹੁਣ ਕਾਹਤੋਂ ਆ ਗਿਆ ਕਾਹਤੋਂ ਆ ਗਿਆ ਬਾਪੂ ਦੁਬਾਰੇ ਤੂੰ ਜੀ ਜਾ ਕਰਿਆ ਆ ਅੱਛਾ ਓਏ ਉਹ ਤਾਂ ਛੋਟੇ ਆਂਦਾ ਹੁਣ ਚੱਲ ਜੇ ਜੀ ਕਰਿਆ ਭਾਈ ਚੱਲ ਲਾ ਲਾ ਲਵਾ ਦੇ ਇਹਦੀ ਵੀ ਲੱਤ ਮਾੜੀ ਹੈ ਪਤਾ ਨਹੀਂ ਦਰਦੀ ਚੱਲ ਆਪਾਂ ਤਾਂ ਲੱਗ ਰਿਹਾ ਤਾਂ ਛੱਡਤਾ ਸੀ ਗੱਲ ਕਿੱਥੇ ਰਹਿ ਗਿਆ ਓਏ ਪਤਾ ਨਹੀਂ ਪਤਾ ਅੰਦਰ ਉਹ ਵੀ ਨਹੀਂ ਆਇਆ ਅੱਜ ਲੈ ਬਾਈ ਓਏ ਤੂੰ ਤਾਂ ਲਾ ਦੇ ਲਾ ਲੈ ਲਾ ਲੈ ਦੇਖੀ ਹੌਲੀ ਲਾਈ ਖਾਸੇ ਦਿਨਾਂ ਬਾਅਦ ਲਾਉਣ ਲੱਗ ਰਿਹਾ ਨਾ ਆ ਲੈ ਰੱਖ ਓਏ ਮੈਂ ਕਹਿੰਦਾ ਸੀ
ਆਪਾਂ ਗਿੱਲ ਕੋਲ ਨਾ ਚੱਲ ਕੇ ਚੱਲ ਯਾਰ ਆਪਾਂ ਗਿੱਲ ਵਿੱਚ ਚੱਲਦੇ ਹਾਂ ਅੱਜ ਆਪਾਂ ਉਹਦੇ ਕੋਲ ਚੱਲਦੇ ਹਾਂ ਚੱਲ ਚੰਗਾ ਬਾਈ ਠੀਕ ਹੈ ਭਾਈ ਸਮਾਨ ਆਪਣੇ ਟਿਕਾਣੇ ਦੀ ਰੱਖ ਲਈ ਰੱਖ ਲਈ ਸਮਾਨ ਆਪਣਾ ਬਾਲਾ ਨਾ ਲਾ ਲਈ ਦੇਖੀ ਕਿਤੇ ਠੀਕ ਹੈ ਬਾਈ ਲਾ ਲਈ ਆ ਪਹਿਮਾਨ ਤੈਨੂੰ ਦੇਤਾ ਚੱਲ ਆ ਜਾ ਚੱਲ ਠੀਕ ਪਰਮਾਤਮਾ ਨੇ ਵਧੀਆ ਵਾਹ ਫੜ ਲਈ ਆਪਣੀ ਤਾਂ ਮੇਰੇ ਸੈਂਟੀ ਸੁਧਰ ਗਿਆ ਦੇਖ ਲੋ ਬਾਪੂ ਜੀ ਕਿੰਨਾ ਫਰਕ ਆ ਗਿਆ ਸੈਂਟੀ ਵੀਰੇ ਚ ਕਿੱਥੇ ਪਹਿਲਾਂ ਤੁਸੀਂ ਉਹਨੂੰ ਸਮਝਾਉਂਦੇ ਸੀ ਹੁਣ ਉਹ ਤੁਹਾਨੂੰ ਸਮਝਾਉਂਦਾ ਨਾਲੇ ਪੱਗ ਬੰਨਣ ਲੱਗ ਗਿਆ ਉਹਨੂੰ ਵੇਖ ਕੇ ਤੁਸੀਂ ਪੱਗ ਬੰਨਣ ਲੱਗ ਗਏ ਕਿੰਨੇ ਸੋਹਣੇ ਲੱਗਦੇ ਮੇਰੇ ਬਾਪੂ ਜੀ ਹਨਾ ਹੁਣ ਮੈਂ ਤਾਂ ਆਪਾਂ ਹੀ ਚਾਹੁੰਦਾ ਜੇ ਪਿੰਡ ਦਾ ਹਰ ਨੌਜਵਾਨ ਪੱਗ ਬੰਨੇ ਵਧੀਆ ਲੱਗੇ ਨਾਲੇ ਨਸ਼ਿਆਂ ਤੋਂ ਦੂਰ ਰਹੇ ਨਸ਼ੇ ਨੇ ਤਾਂ ਪੁੱਤ ਬਹੁਤ ਘਰ ਜਾੜਤੇ ਆਪਣੇ ਬਾਪੂ ਜੀ ਪੀੜੀਓ ਦਿਖਾਵਾ ਤੁਹਾਨੂੰ ਹੈਲੋ ਅੱਛਾ ਬਾਈ ਕਿਵੇਂ ਠੀਕ ਆ ਕੀ ਹੋ ਗਿਆ ਪੁੱਤ ਕਿਵੇਂ ਬਹਿ ਗਿਆ ਪੁੱਤ ਚੁੱਪ ਜੇ ਕਰਕੇ ਤੂੰ ਕੁਛ ਨੀ ਬਾਪੂ ਜਿਹੜਾ ਮੇਰੇ ਨਾਲ ਮੁੰਡਾ ਨੀ ਹੁੰਦਾ ਜੀ ਗਗਨ ਅੱਛਾ ਉਹ ਮਰ ਗਿਆ ਬਾਪੂ ਅੱਛਾ ਜੀ ਨਸ਼ਾ ਜ਼ਿਆਦਾ ਲੈ ਗਿਆ ਬਾਪੂ ਓਵਰਡੋਜ਼ ਲੈ ਗਿਆ ਅੱਛਾ ਬਚਾ ਲਾ ਮਾਲਕਾ ਮੇਰੀ ਪੰਜਾਬ ਨੂੰ ਕਿਹਦੀ ਨਜ਼ਰ ਲੱਗ ਗਈ ਸ਼ੁਕਰ ਹੈ ਰੱਬਾ ਮੇਰਾ ਪੁੱਤ ਨਸ਼ਿਆਂ ਤੋਂ ਦੂਰ ਹੈ ਬਾਪੂ ਜੀ ਪਤਾ ਨੀ ਕਦੋਂ ਰੁਕੂਗਾ ਇਹ ਨਸ਼ਿਆਂ ਦਾ ਹੜ ਇਹ ਨੀ ਰੁਕਦਾ ਪੁੱਤ ਕਿੰਨੇ ਮਾਵਾਂ ਦੇ ਪੁੱਤ ਇਸ ਦੁਨੀਆਂ ਤੋਂ ਚਲੇ ਗਏ ਸਿਰਫ ਹਾਂ ਸਿਰਫ ਨਸ਼ੇ ਕਰਕੇ ਬਾਪੂ ਸਰਕਾਰਾਂ ਕੁਛ ਨੀ ਕਰਦੀਆਂ ਇਹਦਾ ਹੱਲ ਤਾਂ ਹੁਣ ਆਪਾਂ ਨੂੰ ਕਰਨਾ ਪਊ ਉਹ ਤਾਂ ਆਪਾਂ ਕੀ ਹੱਲ ਕਰ ਸਕਦੇ ਬਸ ਹੱਲ ਤਾਂ ਆਹੀ ਆ ਵੱਧ ਤੋਂ ਵੱਧ ਮੁੰਡਿਆਂ ਨੂੰ ਗੁਰਦੁਆਰੇ ਨਾਲ ਜੋੜਨਾ ਪਊਗਾ ਗੁਰਬਾਣੀ ਤੇ ਲੜ ਲੱਗ ਕੇ ਬਾਪੂ ਇਹ ਚੀਜ਼ ਦਾ ਬਹੁਤ ਫਰਕ ਪਊਗਾ ਅੰਬਰ ਤੇ ਛਕਣਗੇ ਪੱਗਾਂ ਬੰਨਣਗੇ ਤਾਂ ਨਸ਼ਾ ਤੋਂ ਦੂਰ ਆ ਕੇ ਰਹਿਣਗੇ ਸਹੀ ਗੱਲ ਪੁੱਤ ਤੂੰ ਵੀ ਆਪਦੇ ਯਾਰ ਦੋਸਤਾਂ ਨੂੰ ਸਮਝਾ ਪੁੱਤ ਵੀ ਆਪਾਂ ਗੁਰੂ ਘਰ ਚੱਲਿਆ ਕਰੀਏ ਗੁਰੂ ਦਾ ਲੜ ਫੜੋ ਪੁੱਤ ਇਹ ਮਾੜੇ ਕੰਮਾਂ ਚ ਕੁਛ ਨੀ ਰੱਖਿਆ ਬੇਬੇ ਮੈਂ ਕਰੀ ਦੀ ਆਪਣੇ ਪਿੰਡ ਵਾਲੇ ਸਰਪੰਚ ਨਾਲ ਗੱਲ ਤੇ ਉਹਨਾਂ ਨੇ ਕੱਲ ਨੂੰ ਇਕੱਠ ਰੱਖਿਆ ਗਾ ਤੇ ਉਹ ਮਤਾ ਪਾਉਣਗੇ ਤੇ ਪਿੰਡ ਚੋਂ ਨਸ਼ਾ ਬੰਦ ਕਰਾਉਣਗੇ ਇਹ ਤਾਂ ਆਪਾਂ ਨੂੰ ਕਰਨਾ ਪਊਗਾ ਪੂਰੀ ਗੱਲ ਸਰਕਾਰਾਂ ਨੇ ਕੁਛ ਕਰਦੀ ਵਧੀਆ ਗੱਲ ਹੈ ਪੁੱਤ ਸਰਪੰਚ ਨੇ ਵੀ ਬਹੁਤ ਵਧੀਆ ਚੰਗਾ ਕਦਮ ਚੱਕਿਆ ਹਾਂਜੀ ਹੁਣ ਦੇਖੋ ਆਪਾਂ ਜਿਵੇਂ ਆਪਣੇ ਪਿੰਡ 'ਚ ਆਹ ਘਟਨਾ ਵਾਪਰੀ ਹੈ ਮੁੰਡੇ ਦੀ ਡੈਥ ਹੋਈ ਹੈ ਨਸ਼ਾ ਕਰਕੇ ਹਨਾ ਇਹ ਬਹੁਤ ਮਾੜੀ ਗੱਲ ਹੈ ਮਤਲਬ ਆਪਾਂ ਸਾਰੇ ਜਾਣੇ ਇਕੱਠੇ ਹੋ ਕੇ ਪੰਚਾਇਤ ਵੀ ਪਤਵੰਤ ਸੱਜਣ ਵੀ ਆਪਾਂ ਕੋਈ ਠੋਸ ਕਦਮ ਚੱਕੋ ਵੀ ਇਹਨਾਂ ਨੂੰ ਠੱਲ ਪਾਈ ਜਾ ਸਕੇ ਕਿਉਂਕਿ ਕਿਸੇ ਦਾ ਜਵਾਨ ਹੁਣ ਪੁੱਤ ਮਰਦਾ ਇਕੱਲੇ ਇਕੱਲੇ ਬੱਚੇ ਹੈ ਬਹੁਤ ਔਖਾ ਬੁਢਾਪਾ ਰੁਲਦਾ ਉਹਨਾਂ ਦਾ ਠੀਕ ਹੈ ਨਾ ਅਤੇ ਗਾਹਾਂ ਅਗਲੇ ਦਾ ਕੋਈ ਚਾਨਣ ਵੀ ਹੈ ਨਹੀਂ ਗਾ ਅਤੇ ਪਹਿਲਾਂ ਆਪਾਂ ਆਪਣੇ ਪਿੰਡ ਤੌਰ 'ਤੇ ਇਹਦਾ ਆਪਾਂ ਸਟੈਪ ਚੱਕੀਏ ਇਕੱਠੇ ਹੋ ਕੇ ਸਾਰੇ ਜਾਣੇ ਜਿਹੜਾ ਕੋਈ ਨਸ਼ੇ ਵੇਚਦਾ ਜੇ ਬਾਹਰਲਾ ਜੇ ਕੋਈ ਪਿੰਡ ਵਾਲਾ ਆਪਾਂ ਉਹਦੇ ਕਾਰਵਾਈ ਕਰੀਏ ਫਿਰ ਆਪਾਂ ਪ੍ਰਸ਼ਾਸਨ ਦੇ ਅੱਗੇ ਵੀ ਇਹ ਗੱਲ ਰੱਖ ਸਕਦੇ ਹਾਂ ਹੈ ਨਾ ਅਤੇ ਬਾਕੀ ਹੁਣ ਜਿਵੇਂ ਆਹ ਮੁੰਡਾ ਬੈਠਾ ਆਪਣਾ ਇਹ ਦੇਖੋ ਪਹਿਲਾਂ ਨਸ਼ੇ ਵੀ ਕਰਦਾ ਸੀ ਚੋਰੀਆਂ ਵਗੈਰਾ ਵੀ ਸਟਾਟਰ ਵਗੈਰਾ ਤਾਰਾਂ ਚੋਰੀਆਂ ਕਰਦਾ ਸੀਗਾ ਹੁਣ ਇਹ ਸੁਧਰ ਗਿਆ ਦੇਖੋ ਇਹਨੇ ਦਸਤਾਰ ਬੰਨੀ ਕੇਸ ਰੱਖ ਲਏ ਚਲੋ ਹੌਲੀ ਹੌਲੀ ਅੰਮ੍ਰਿਤ ਵੀ ਛੱਕ ਲਏਗਾ ਹੈ ਨਾ ਇਹਦੀ ਜ਼ਿੰਦਗੀ ਸੁਧਰ ਗਈ ਇਵੇਂ ਚਲੋ ਇੱਕ ਉਦਾਹਰਨ ਹੈ ਆਪਣੇ ਪਿੰਡ ਲਈ ਅਤੇ ਇਹਨੂੰ ਵੀ ਅਸੀਂ ਕਹਿੰਦੇ ਹਾਂ ਵੀ ਜੇ ਤੇਰਾ ਕੋਈ ਸਾਥੀ ਪਿੰਡ 'ਚ ਸੁਧਰਨਾ ਚਾਹੁੰਦਾ
ਅਸੀਂ ਪੰਚਾਇਤ ਤੌਰ 'ਤੇ ਨਗਰ ਤੌਰ 'ਤੇ ਉਹਦੀ ਮਦਦ ਕਰ ਸਕਦੇ ਹਾਂ, ਠੀਕ ਹੈ ਨਾ, ਫਾਈਨੈਂਸ਼ੀਅਲੀ ਵੀ ਕਰ ਸਕਦੇ ਹਾਂ, ਵੈਸੇ ਵੀ ਉਹਨੂੰ ਕਿਸੇ ਚੀਜ਼ ਦੀ ਹੋਰ ਲੋੜ ਹੈ ਅਸੀਂ ਉਹ ਵੀ ਕਰ ਸਕਦੇ, ਠੀਕ ਹੈ ਨਾ। ਬਾਕੀ ਹੋਰ ਜਿੰਨੇ ਨੌਜਵਾਨ ਵੀਰ ਖੜ੍ਹੇ ਨੇ, ਬਜ਼ੁਰਗ ਸਾਰੇ, ਆਪਾਂ ਇਕੱਠੇ ਹੋ ਕੇ ਹੰਬਲਾ ਮਾਰੀਏ ਵੀ ਇਹ ਆਪਾਂ ਕੋਵਿਡ ਦਾ ਜਿਹੜਾ ਇਹਨੂੰ ਖਤਮ ਕਰ ਸਕੀਏ, ਠੀਕ ਹੈ ਨਾ। ਤੁਸੀਂ ਨੌਜਵਾਨ ਸਾਰੇ ਨਾਲ ਰਲ ਕੇ ਸਾਥ ਦਿਓ ਸਾਡਾ, ਆਪਾਂ ਜਿਹੜੇ ਵੇਚਣ ਵਾਲੇ ਉਹਨਾਂ ਨੂੰ ਵੀ ਫੜ ਸਕੀਏ ਅਤੇ ਤੁਹਾਡਾ ਵੀ ਮਦਦ ਥੋੜ੍ਹਾ ਜਿਹਾ ਤੁਹਾਨੂੰ ਲੋੜ ਹੈ ਥੋੜ੍ਹਾ ਵੀ ਅਸੀਂ ਸੁਧਾਰ ਕਰ ਸਕੀਏ, ਠੀਕ ਹੈ ਜੀ। ਠੀਕ ਹੈ ਜੀ, ਇਹ ਮਤਾ ਪਾਓ ਆਪਾਂ ਸਾਰੇ ਜਣੇ ਰਲ ਕੇ ਪਿੰਡ ਤੌਰ 'ਤੇ ਅਨਾਊਂਸਮੈਂਟ ਕਰਕੇ ਸਪੀਕਰ 'ਚ, ਫਿਰ ਆਪਾਂ ਇਹਦਾ ਹੱਲ ਕਰਦੇ ਹਾਂ। ਬਹੁਤ ਮਾੜਾ ਹੋਇਆ ਬਈ ਯਾਰ, ਉਹ ਸਾਡੇ ਅਸੀਂ ਉਹਦੇ ਕੋਲ ਹੀ ਗਏ ਸੀ। ਅੱਛਾ ਯਾਰ, ਹੋਰ ਯਾਰ ਬਈ ਅਸੀਂ ਆ ਗਏ ਉਹਦੀ, ਉਸ ਤੋਂ ਬਾਅਦ ਆਪਣਾ ਵੀ ਬਈ ਆਹੀ ਹਾਲ ਬਣ ਗਿਆ, ਨਰਕ ਚੋਂ ਨਾ ਨਿਕਲੇ ਤਾਂ। ਹੋਰ ਬਈ ਕੀ ਕਰੀਏ, ਬਹੁਤ ਔਖਾ ਹੋ ਗਿਆ, ਨਰਕ ਆਪਾਂ ਲੈ ਕੇ ਭੇਜੂ ਬਈ ਸ਼ਾਹ ਯਾਰ, ਸ਼ੌਕ ਸ਼ੌਕ ਚ ਆਪਣੇ ਲਾ ਲਿਆ ਨਸ਼ਾ। ਹੋਰ ਬਈ ਹੱਥਾਂ ਚ ਆਪਣੀ ਬਈ ਬਈ ਸਾਨੂੰ ਵੀ ਪਤਾ ਹੋਣਾ ਚਾਹੀਦਾ ਯਾਰ, ਨਸ਼ੇ ਆਪਾਂ ਨੂੰ ਛੱਡਣੇ ਚਾਹੀਦੇ ਨੇ, ਮੈਂ ਵੀ ਛੱਡੀ ਨੇ ਬਈ, ਨਾਲੇ ਆਪਣੀ ਕੌਮ ਆ ਨਸ਼ੇੜੀਆਂ ਦੀ ਨੀ ਹੈਗੀ, ਸੂਰਵੀਰ ਯੋਧਿਆਂ ਦੀ ਆ। ਤੁਸੀਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਲਾ ਲਓ, ਉਹਨਾਂ ਨੇ ਚਾਰ ਸਾਹਿਬਜ਼ਾਦੇ ਬਾਰੇ ਤੇ ਆਪਦਾ ਸਰਬੰਸ ਹੀ ਵਰਤ, ਕਿਹਦੇ ਵਾਸਤੇ ਵਰਿਆ ਬਾਈ ਉਹ? ਬਈ ਆਪਣੇ ਵਾਸਤੇ ਵਰਿਆ, ਸਹੀ ਗੱਲ। ਫੇਰ ਮੈਂ ਤੁਹਾਨੂੰ ਇਹੀ ਗੱਲਾਂ ਕਹਿਣਾ, ਮੈਂ ਵੀ ਛੱਡਿਆ ਯਾਰ, ਤੁਸੀਂ ਵੀ ਛੱਡ ਸਕਦੇ ਹੋ ਬਈ, ਸਹੀ ਗੱਲ ਹੈ ਯਾਰ ਤੇਰੀ, ਗੱਲ ਤਾਂ ਇਹਦੀ ਸਾਂ ਤਾਂ ਠੀਕ ਹੈ, ਪਰ ਹੱਡਾਂ 'ਚ ਰਚਿਆ ਪਿਆ ਯਾਰ। ਉਹ ਪਤੰਦਰੋ ਜਦੋਂ ਤੁਸੀਂ ਨਸ਼ਾ ਕਰਕੇ ਨਹੀਂ ਮਰੇ, ਨਸ਼ਾ ਛੱਡਣ ਵੇਲੇ ਕਿਵੇਂ ਮਰੋਗੇ? ਬਾਕੀ ਪੰਚਾਇਤ ਨੇ ਕੱਲ੍ਹ ਇਹੀ ਮਤਾ ਪਾਇਆ ਵੀ ਜੇ ਤੂੰ ਕੋਈ ਨਸ਼ਾ ਛੱਡਣਾ ਚਾਹੁੰਦਾ ਉਹਦੀ ਪੰਚਾਇਤ ਤੌਰ 'ਤੇ ਪੂਰੀ ਸਹਾਇਤਾ ਕਰੀ ਜਾਊਗੀ, ਠੀਕ ਹੈ ਬਈ। ਬਾਕੀ ਗੁਰੂ ਦੇ ਲੜ ਲੱਗੋ ਯਾਰ, ਪੱਗਾਂ ਸਜਾਇਆ ਕਰੋ, ਤੇਰੀ ਵੀ ਠੀਕ ਹੈ, ਅੰਬਰ ਤੇ ਛਕੋ, ਜਦੋਂ ਇਹ ਨਸ਼ਾ ਛੱਡ ਸਕਦਾ ਆਪਾਂ ਕਿਉਂ ਨਹੀਂ ਛੱਡ ਸਕਦੇ? ਸਹੀ ਹਾਂ ਬਈ ਬਈ ਯਾਰ, ਤੇਰੇ ਨਾਲ ਸਹਿਮਤ ਆ ਸਾਡਾ, ਸਾਨੂੰ ਆ ਨਰਕ ਚੋਂ ਕੱਢ ਲੈ ਓਏ, ਨਰਕ ਚੋਂ ਸਾਨੂੰ ਆ ਕੇ ਕੱਢਾਂਗੇ ਬਈ, ਦਸਤਾਰਾਂ ਸਜਾਇਆ ਕਰੋ, ਗੁਰਦੁਆਰੇ ਜਾਇਆ ਕਰੋ, ਬਾਣੀ ਸੁਣਿਆ ਕਰੋ, ਪੜਿਆ ਕਰੋ ਬਈ, ਇਹ ਨਰਕ ਚੋਂ ਸਾਨੂੰ ਗੁਰੂ ਮਹਾਰਾਜ ਆਪ ਹੀ ਕੱਢ ਦੇਣਗੇ, ਠੀਕ ਹੈ ਬਈ। ਹਾਂ ਚਲੋ ਬਈ, ਆਪਾਂ ਗੁਰਦੁਆਰਾ ਸਾਹਿਬ ਚੱਲਦੇ ਹਾਂ। ਸਭ ਦਾਣਾ ਪਾਣੀ ਤੇਰਾ ਏ, ਤੂੰ ਚੁਗਦਾ ਫਿਰਦਾ ਜਿਹੜਾ ਏ, ਸਭ ਦਾਣਾ ਪਾਣੀ ਤੇਰਾ ਏ, ਸਭ ਦਾਣਾ ਪਾਣੀ ਤੇਰਾ ਏ। ਪੱਥਰਾਂ ਵਿੱਚ ਵੀ ਫਿਕਰ ਕਾਦੀ ਰੁਜ਼ਗਾਰਾਂ ਦੀ, ਉਦਮ ਕਰਨਾ ਰੱਖ ਜਾਰੀ, ਰੁੱਤ ਦੂਰ ਨਹੀਂ ਬਹਾਰਾਂ ਦੀ, ਉਦਮ ਕਰਨਾ ਰੱਖ ਜਾਰੀ, ਰੁੱਤ ਦੂਰ ਨਹੀਂ ਬਹਾਰਾਂ ਦੀ, ਕਿਆਸ ਨਹੀਂ ਲੱਗਣਾ ਤੇਥੋਂ ਯਾਰਾ, ਜਟਾਇਓਨਾ ਕੇਰਾ ਏ, ਸਭ ਦਾਣਾ ਪਾਣੀ ਤੇਰਾ ਏ, ਸਭ ਦਾਣਾ ਪਾਣੀ ਤੇਰਾ ਏ, ਤੂੰ ਚੁਗਦਾ ਫਿਰਦਾ ਜਿਹੜਾ ਏ, ਸਭ ਦਾਣਾ ਪਾਣੀ ਤੇਰਾ ਏ, ਸਭ ਦਾਣਾ ਪਾਣੀ ਤੇਰਾ ਏ। ਹਾਂਜੀ ਦੋਸਤੋ, ਕਿਵੇਂ ਲੱਗੀ ਆਪਣੀ ਵੀਡੀਓ? ਲਾਈਕ ਅਤੇ ਕਮੈਂਟ ਕਰਕੇ ਦੱਸਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਨੂੰ ਔਨ ਕਰ ਲਓ। ਬਾਕੀ ਜੇ ਕੋਈ ਫੀਮੇਲ ਆਰਟਿਸਟ ਆਪਣੇ ਨਾਲ ਕੰਮ ਕਰਨਾ ਚਾਹੁੰਦੀ ਹੋਵੇ ਤਾਂ ਆਪਣੇ ਦਿੱਤੇ ਗਏ ਨੰਬਰਾਂ 'ਤੇ ਕੰਟੈਕਟ ਕਰੇ। ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਬਾਈ, ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ, ਮਿਲਦੇ ਹਾਂ ਫਿਰ ਨਵੀਂ ਵੀਡੀਓ ਨਾਲ।